ਜਦੋਂ ਵੀ ਕੋਈ ਵੱਡਾ ਜੁਰ ਕੋਈ ਗੈਂਗਸਟਰ ਡੈਗਾ ਜਾਂ ਇਸ ਤਰ੍ਹਾਂ ਦਾ ਕੋਈ ਬੰਦਾ ਜੀਲ ਜਾਂਦਾ ਹੈਗਾ ਜਦੋਂ ਮੈਂ ਅਪਾਰਟਮੈਂਟ ਸੀ ਉਸ ਵੇਲੇ ਮੈਂ ਵੇਖਿਆ ਸੀ ਕਈ ਵਾਰੀ ਇਸ ਤਰ੍ਹਾਂ ਦਾ ਫੋਨ ਆਂਦਾ ਸੀ ਕਿ ਸਾਡਾ ਬੰਦਾ ਉੱਥੇ ਆ ਰਿਹਾ ਹੈਗਾ ਉਹਨੂੰ ਵੀ ਤਕਲੀਫ ਨਹੀਂ ਹੋਣੀ ਚਾਹੀਦੀ ਇਹ ਗੱਲ ਜਿਹੜੀ ਹੈਗੀ ਹੈ ਪੁਲਿਸ ਦੇ ਨਾਲ ਹੋ ਜਾਂਦੀ ਹੈਗੀ ਹੈ ਤੁਹਾਨੂੰ ਪਤਾ ਹੈ ਕਿ ਪੁਲਿਸ ਜਿਹੜੀ ਹੈਗੀ ਅਨਫੋਰਚਨਟਲੀ ਉਹਦਾ ਕੀ ਹਾਲ ਹੈਗਾ ਕਿ ਇਹ ਬੈਨੇ ਕਹਿੰਦਾ ਕਿ ਰੀਲੀ ਕਿਸ ਪਹਿਲੇ ਵਿਕੀ ਹੋਈ ਹੈ ਪਰ ਇਹ ਕਾਫੀ ਹੱਦ ਤੱਕ ਵਿਕੀ ਹੋਈ ਹੈ ਕਿ ਪੋਲਿਟਿਸ਼ੀਅਨ ਤੇ ਗੋਡਿਆਂ ਤੇ ਪੈਟੀ ਰਹੇ ਪੋਲਿਟਿਸ਼ੀਅਨਸ ਨੂੰ ਗੁੰਡਿਆਂ ਤੱਕ ਗੈਂਗਸਟਰਾਂ ਤੱਕ ਲੋੜ ਪੈਂਦੀ ਹੈ ਕੋਈ ਕਿਸੇ ਨੂੰ ਧਮਕਾਉਣਾ ਕਿਸੇ ਤੋਂ ਮਰਡਰ ਕਰਵਾਉਣਾ ਕਿਸੇ ਦਾ ਕਿਸੇ ਨੂੰ ਕੁੱਟਣਾ ਕਿਸੇ ਨੂੰ ਡਰਾਉਣਾ ਤਾਂ ਔਰ ਉੱਥੇ ਫਿਰ ਕਿਉਂਕਿ ਪੁਲਿਸ ਦਾ ਦਬਾਅ ਦੇ ਹੀ ਖੁੰਦੀ ਆ ਪੋਲਿਟਿਸ਼ੀਅਨਸ ਦੇ ਫਿਰ ਸਾਰਾ ਕੁਝ ਮਿਲ ਜੁਲ ਕੇ ਚੱਲ ਰਿਹਾ ਹੈ ਆਏ ਸਾਰੇ ਨੈਕਸਸ ਹੈਗਾ ਸਾਰਿਆਂ ਦੇ ਲਿੰਕਸ ਜਿਹੜੇ ਹੈਗੇ ਨੇ ਇੱਕ ਦੂਜੇ ਦੇ ਨਾਲ ਹੈਗੇ देख लीं ਉੱਥੋਂ ਜੇਲ੍ਹ ਚੋਂ ਗੈਂਗਸ ਆਪਰੇਟ ਹੋ ਰਹੀਆਂ ਨੇ ਜੇਲ੍ਹ ਦੇ ਵਿੱਚੋਂ ਫੋਨ ਲਾ ਕੇ ਕਰੋੜਾ ਕਰੋੜਾ ਰੁਪਏ ਦੀਆਂ ਫਰੋਤੀਆਂ ਲਈਆਂ ਜਾ ਰਹੀਆਂ ਨੇ ਸਾਉਂ ਦਾ ਯੈਸ ਇਟਸ ਅ ਫੈਕਟ ਸਹੀ ਕਹ ਲੈਗੇ ਤੇ ਮੇਰੇ ਨੋਟਸ ਚੰਦਾ ਸੀ ਹਾਂ ਇਹ ਕੋਸ਼ਿਸ਼ ਹੋ ਰਹੀ ਹੈਗੀ ਕਿ ਇਸ ਬੰਦੇ ਨੂੰ ਇੱਥੋਂ ਟ੍ਰਾਂਸਫਰ ਉੱਥੇ ਕਰ ਦੇਉ ਕਿਉਂਕਿ ਕਿਸੇ ਪੋਲੀਟਿਸ਼ੀਅਨ ਦਾ ਉੱਥੇ ਕੰਮ ਹੈਗਾ ਹੈ ਮੈਨੂੰ ਮੰਦਾ ਸੀ ਨਾ ਉੱਥੇ ਹੈਗਾ ਤਾਂ ਉੱਥੇ ਰਹੇਗਾ ਉਹ ਜਿਹੜੀ ਕਿ ਦੀ ਡਿਪੈਂਡੈਂਸੀ ਇੱਕ ਗੈਂਗਸਟਰ ਟਾਪ ਪੁਲਿਸ ਨੂੰ ਕੀ ਕੰਮ ਹੋ ਸਕਦਾ ਕੀ ਉਹ ਉਹਦੇ ਸੋਰਸਸ ਨੂੰ ਯੂਜ਼ ਕਰਨਾ ਜਾਂ ਫਾਈਨੈਂਸ਼ੀਅਲੀ ਜਾਂ ਕੁਝ ਹੋਰ ਲੰਮ ਫਿਲਮਾਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਸੈਲ ਵਿਕ ਜਾਂਦਾ ਜੇਲ੍ਹ ਦੇ ਵਿੱਚ ਪੂਰੀ ਬੈਰਕ ਜੇਲ੍ਹ ਦੇ ਵਿੱਚ ਵਿਕ ਜਾਂਦੀ ਹੈ ਔਰ ਇੱਕ ਬੰਦਾ ਟੌਰ ਦੇ ਨਾਲ ਬੈਠਾ ਹੁੰਦਾ ਪੰਜ ਚਾਰ ਗੁੰਡੇ ਬਦਮਾਸ਼ ਜਿਹੜੇ ਗੁਰਗੇ ਹੁੰਦੇ ਆ ਉਪਰ ਘੁੱਟਰੇ ਹੁੰਦੇ ਆ ਆਮ ਤੌਰ ਤੇ ਸਾਡੇ ਪੰਜਾਬ ਦੀਆਂ ਸਾਡੇ ਮੁਲਕ ਦੀਆਂ ਜਿਨ੍ਹਾਂ ਦੇ ਵਿੱਚ ਵੀ ਇਸ ਤਰ੍ਹਾਂ ਹੋ ਰਿਹਾ ਜਿਨ੍ਹਾਂ ਦੇ ਵਿੱਚ ਉਹ ਗੈਂਗਸਟਰ ਫੋਨ ਕਰਕੇ ਫਰੋਫੀਆਂ ਮੰਗ ਰਹੇ ਨੇ ਇਸ ਤਰ੍ਹਾਂ ਦਾ ਕਲਚਰ ਹੈ ਉਹ ਸਾਰੀ ਚੀਜ਼ਾਂ ਜੇਲਾ ਜਿਹੋ ਹੁੰਦੀਆਂ ਨੇ ਜੇਲਾ ਚ ਕਿਸੇ ਨੇ ਗੋਡੇ ਦੇ ਬਵਾਣੇ ਹੈਗੇ ਨੇ ਕਿਸੇ ਨੂੰ ਰੋਟੀ ਬਣवानी ਹੈਗੀ ਹੈ इवन ਯੂਲ ਫਾਈਂਡ ਦੈਟ ਸੈਕਸ਼ੂਅਲ ਪ੍ਰੈਕਟਿਸਸ ਔਰ ਆਲਸੋ देयर द कंटिन्यू देयर ਯੂਲ ਬੀ ਸਰਪ੍ਰਾਈਜ਼ਡ ਅਬਾਊਟ ਇਟ ਰੀਅਲੀ ਯੈਸ ਆਮ ਤੌਰ ਤੇ ਗੱਲ ਕਹੀ ਜਾਂਦੀ ਹੈ ਸਰ ਕਿ ਜਿਹੜਾ ਛੋਟਾ ਫੋਨ ਵੀ ਹੈ ਮੰਨ ਲਓ ਉਹ ਵੀ ਤੁਹਾਨੂੰ ਜੇਲ੍ਹ 'ਚ 50000 ਰੁਪਏ ਦਾ ਮਿਲਦਾ ਜਾਂ 20000 30000 ਦਾ ਕੀਪੜ ਵਾਲਾ ਫੋਨ ਔਰ ਜੇ ਕੋਈ 스마트ਫੋਨ ਲੈਣਾ ਤੁਸੀਂ ਤਾਂ ਉਹਦੀ ਕੀਮਤ ਫਿਰ ਵੱਖਰੀ ਹੈ ਜੇ ਮੰਨ ਲਓ ਤੁਹਾਨੂੰ ਮਾਰਕੀਟ ਦੇ ਵਿੱਚ ਜਿਹੜਾ ਫੋਨ 40 50000 ਦਾ ਉਹ ਤੁਹਾਨੂੰ 2.5 ਲੱਖ 3 ਲੱਖ ਰੁਪਏ ਦਾ ਅੰਦਰ ਜੇਲ੍ਹ 'ਚ ਮਿਲਦਾ। ਜੇ ਮੈਂ ਬਾਹਰ ਜਿਹੜਾ ਹੈਗਾ ਪਰਿਵਾਰ ਉਹ ਕਰਦਾ ਹੈਗਾ ਜੇ 스마트ਫੋਨ ਹੈ ਜੋ ਚਾਹੀਦਾ ਹੈਗਾ ਉਹ ਜੇਲ੍ਹ ਦੇ ਵਿੱਚ ਬੈਠਾ ਹੈ ਬਾਹਰੋਂ ਨੇ ਆਪਣੇ ਕਿਸੇ ਨੂੰ ਫੋਨ ਕੀਤਾ ਪਰਿਵਾਰ ਨੂੰ ਜਾਂ ਆਪਣੇ ਕਿਸੇ ਗੁਰਗੇ ਨੇ ਫੋਨ ਕੀਤਾ ਕਿ ਇਹਨਾਂ ਨੂੰ ਇਹ ਨਾ ਪਹਹਾ ਦੇ ਦਿਓ। ਇਹ ਕੋਸ ਇਲਾਮੀ ਸਰਵੈਸੇ ਕਮਾਈ ਦਾ ਸਾਧਨ ਹੈ ਫਿਰ ਇਹ ਕੁਛ ਲੁਕਾਵਾਸ ਬਿਲਕੁਲ ਬਿਲਕੁਲ ਇੱਕ ਜੇਲ ਦੇ ਵਿੱਚ ਇੱਕ ਵੱਡਾ ਬੰਦਾ ਸੀ ਉਹਦਾ ਖਾਣਾ ਲੋਕ 5 ਸਟਾਰ ਹੋਟਲ ਤੋਂ ਆਂਦਾ ਸੀ ਜਿਹੜੀ ਇਸ ਤਰ੍ਹਾਂ ਦੀ ਗੱਲ ਹੋਈ ਵੀ ਸਟਾਪ ਥੈਟ ਕੋਈ ਸਫਾਰਿਸ਼ ਕਰਦੇ ਜੇ ਆ ਗਈ ਕਿ ਜਰੂਰ ਕੋਈ ਫੈਸਿਲਿਟੀ ਦਿਓ ਜਿਹੜਾ ਖਾਣਾ 5 ਸਟਾਰ ਚੋਂ ਆਂਦਾ ਸੀ ਤੁਸੀਂ ਰਕਵਾਇਆ ਉਹਨੂੰ ਰਕਵਾ ਬੰਦੇ ਨੂੰ ਕੱਢ ਕੇ ਕਿਤੇ ਹੋਰ ਸੱਟਿਆ ਮਸੈਕਸ਼ਨ ਆਫ ਪੋਲਿਟਿਸ਼ੀਅਨਸ ਇਹ ਆਦੇ ਇਸ ਚ ਦੇ ਬੰਦੇ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਗੈਂਗਸਟਰ ਕਹਦੇ ਹੋ ਜੈ ਕਿਸਨ ਬਾਹੂਬਲੀ ਕਹਦੇ ਹੋ ਜਾਂ ਮਸਲਮਨ ਕਹਦੇ ਕੋਈ ਕੁਝ ਵੀ ਕਹਦੇ ਹੋ ਔਰ ਇਨ ਆ ਦੇ ਵਿਚਕਾਰ ਆ ਜਾਂਦੀ ਹੈਗੀ ਇਹ ਪੁਲਿਸ ਅਤੇ ਜੇਲ੍ਹ ਵਿਭਾਗ ਜਿਨ੍ਹਾਂ ਨੂੰ ਵੈਸੇ ਆਮ ਤੌਰ ਤੇ ਵੱਡੇ ਵੱਡੇ ਅਖਰਾਂ ਚ ਲਿਖਿਆ ਹੁੰਦਾ ਜ਼ਿਲ੍ਹਾ ਸੁਧਾਰ ਕਰਨੇ ਪਰ ਮਨਲਾ ਦਾ ਜ਼ਿਲ੍ਹਾ ਤੋਂ ਵੱਡਾ ਤਾਂ ਵਿਗਾੜ ਘੱਰੀ ਨਹੀਂ ਕੀਤੀ ਉਹ ਬੰਦਾ ਜਿਹੜਾ ਜਾਂਦਾ ਹੈ ਕੋਈ ਨੂੰ ਪੋਰਸ ਕੀਤਾ ਜਾਂਦਾ ਹੈ ਕਿ ਤੂੰ ਵੀ ਆ ਜਾ ਦੇ ਨਾਲ ਇਸ ਕੰਮ ਦੇ ਚਲ ਜਾ ਨਹੀਂ ਤੇ ਤੇਰੀ ਫਿਰ ਕਟਾਈ ਹੈਗੀ ਹੈ ਜੋ ਕੁਝ ਵੀ ਹੈਗਾ ਹੈ ਬੱਤ ਸਲੂਕੀ ਹੋ ਗਈ ਜਿਨ੍ਹਾਂ ਦੇ ਵਿੱਚੋਂ ਡਰੱਗ ਰੈਕਟ ਚੱਲ ਰਿਹਾ ਸਰ ਜਿਸ ਤਰੀਕੇ ਦੇ ਨਾਲ ਕਿਉਂਕਿ ਹੁਣ ਤਾਂ ਡਰੋਨ ਟੈਕਨੋਲੋਜੀ ਬਹੁਤ ਜ਼ਿਆਦਾ ਆ ਗਈ ਹੈ ਡਰੋਨਸ ਦੇ ਨਾਲ ਔਰ ਇਹ ਨਿਕਲ ਕੇ ਸਾਹਮਣੇ ਪਿਛਲੇ ਦਿਨੀ ਕਿ ਸੰਗਰੂਰ ਜੇਲ੍ਹ ਦੇ ਵਿੱਚੋਂ ਬੰਦਾ ਬੈਠਾ ਗੈਂਗ ਆਪਰੇਟ ਕਰ ਰਿਹਾ ਔਰ ਬਾਕਾਇਦਾ ਪਾਕਿਸਤਾਨ ਤੋਂ ਡਰੱਗ ਮੰਗਵਾ ਕੇ ਪੂਰਾ ਉਹਦਾ ਗੈਂਗ ਚਲਾ ਰਿਹਾ ਹੈ ਇਟਸ ਅ ਫੈਕਟ ਯੈਸ ਇਟਸ ਅ ਫੈਕਟ ਐਸ ਤਰ੍ਹਾਂ ਹੁੰਦਾ ਹੈਗਾ ਕਿ ਕੌਣ ਚੱਲ ਰਿਹਾ ਉਹ ਤੋਂ ਡਰੱਗਸ ਕਿੱਥੇ ਆਈਆਂ ਕਿੱਥੇ ਦੇਣੀਆਂ ਨੇ ਕਿੰਨੀ ਪੈਸੇ ਦੇਣੇ ਹੈਗੇ ਨਾ ਸਾਰਾ ਜਿਹੜਾ ਆਪਰੇਸ਼ਨ ਹੋਏਗਾ ਜੇਲ੍ਹ ਦੇ ਵਿੱਚ ਬ ਇਹਦੇ ਸਕੇਸਸ ਦੇ ਵੇਸਟਬ ਸਿੱਧੀ ਗੱਲ ਚਾਹੀਦੀ ਹੈ ਕਿ ਇਹ ਕਿ ਬੰਦੇ ਨੂੰ ਸਿੱਧਾ ਡਿਸਮਿਸ ਕਰਕੇ ਕਰ ਦੇਈਏ ਜਦੋਂ ਤੱਕ ਇਸ ਚੰਦੀ ਗੱਲ ਨਹੀਂ ਹੋਏਗੀ ਸੁਧਾਰ ਨਹੀਂ ਜੀ ਬਾਕੀ ਸਿਸਟਮ ਤੋਂ ਨਿਰਾਸ਼ ਹੋ ਗਏ ਸਰ ਆਲਟੀਮੇਟਲੀ ਨਿਰਾਸ਼ੀ ਹੋ ਗਿਆ ਜਦੋਂ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਇਹਨਾਂ ਦੁਬਾਰੇ ਗੱਲ ਕੀਤੀ ਤੇ ਮੈਨੂੰ ਯਕੀਨ ਹੈ ਕਿ ਪੂਰਾ ਪੰਜਾਬ ਮੇਰੇ ਨਾਲ ਖੜਾ ਹੋ ਜਾਏਗਾ ਜਿਹੋ ਤੇ ਅਟੈਕ ਹੋਏ ਕਿਡਨੈਪ ਕਰਨ ਦੀ ਕੋਸ਼ਿਸ਼ ਹੋਈ ਗੋਲੀਆਂ ਚਲੀਆਂ ਕਿ ਕੁਝ ਨਹੀਂ ਹੋ ਗਿਆ ਖੜਾ ਹੋਇਆ ਇਹ ਜਲਤੀ ਸੀ ਕਿ ਸਿਸਟਮ ਦੇ ਖਿਲਾਫ ਬੋਲਣਾ ਮੈਂ ਹਾਂ ਇਸ ਤਰ੍ਹਾਂ ਦਾ ਕਮਲਾ ਜੀ ਆਪਾਂ ਤੁਹਾਨੂੰ ਮੈਂ ਕੋਣ ਬੰਦਾ ਹੈ ਕਿ ਕੋਈ ਸਿ ਪੋਲਿਟਿਸ਼ੀਅਨ ਕੁਟਤੰਦਾ ਮੈਂ ਕੁਟਤੇ ਠਾਈ ਮੈਂ ਕਮਲਾ ਜੀ ਦੀ ਤਕੀਰ ਕਰ ਲਵਾਂ پرو ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਪੰਜਾਬ ਦੀਆਂ ਜ਼ਿਲ੍ਹਾ ਸਵਾਲਾਂ ਦੇ ਘੇਰਿਆਂ ਦੇ ਵਿੱਚ ਰਹੀਆਂ ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਹੀ ਜਿਨ੍ਹਾਂ ਦੇ ਸਿਸਟਮ ਤੇ ਸਵਾਲ ਖੜੇ ਹੁੰਦੇ ਰਹੇ ਪਰ ਪਿਛਲੇ ਦਿਨੀ ਜੋ ਘਟਨਾਕਰਮ ਵਾਪਰੇ ਭਾਵੇਂ ਜੇਲ ਬ੍ਰੇਕ ਹੋਈ ਉਸ ਵੇਲੇ ਦੀ ਗੱਲ ਹੋਵੇ ਜਾਂ ਫਿਰ ਜਿਲ੍ਹਾਂ ਦੇ ਵਿੱਚੋਂ ਨੈਕਸਸ ਚੱਲਣ ਦੀ ਗੱਲ ਸਾਹਮਣੇ ਆਉਂਦੀ ਰਹੀ ਇਹ ਮਸਲਾ ਹੋਵੇ ਜਾਂ ਫਿਰ ਜੇਲ ਚ ਇੰਟਰਵਿਊ ਦਾ ਮਸਲਾ ਹੋਵੇ ਤਾਂ ਇਹ ਬਹੁਤ ਸੀਰੀਅਸ ਸਵਾਲ ਨੇ ਇਹਨਾਂ ਤੇ ਗੱਲ ਹੋਣੀ ਚਾਹੀਦੀ ਹੈ ਕਿ ਆਖਰਕਾਰ ਜਿਹਨਾਂ ਦਾ ਸਿਸਟਮ ਸੁਧਰੇਗਾ ਕਿਵੇਂ ਕਿਹੜੀਆਂ-ਕਿਹੜੀਆਂ ਦਿੱਕਤਾਂ ਆ ਰਹੀਆਂ ਨੇ ਕਿ ਆਖਰਕਾਰ ਇਹ ਸਿਸਟਮ ਸੁਧਰ ਨਹੀਂ ਸਕਦਾ ਕਿਉਂਕਿ ਇਸ ਮਸਲੇ ਦੇ ਉੱਪਰ ਅਸੀਂ ਗੱਲਬਾਤ ਕਰ ਰਹੇ ਹਾਂ ਪੰਜਾਬ ਦੇ ਸਾਬਕਾ ਡੀਜੀਪੀ ਜੇਲ ਸ਼ਸ਼ੀ ਕਾਂਤੀ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਬਹੁਤ-ਬਹੁਤ ਸਵਾਗਤ ਹੈ ਪ੍ਰੋਫੈਸਰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੈ ਤੁਸੀਂ ਡੀਜੀਪੀ ਰਹੇ ਹੋ ਜੇਲ੍ਹ ਵਿਭਾਗ ਦੇ ਕਿਵੇਂ ਦੇਖਦੇ ਹੋ ਸਾਰੇ ਸਿਸਟਮ ਨੂੰ ਕਿਹੜਾ ਨੈਕਸਸ ਹੈ ਇਹ ਜਿਹੜਾ ਬ੍ਰੇਕ ਨਹੀਂ ਹੋ ਪਾਰਿਆ ਔਰ ਕਿਉਂਕਿ ਜੇਲ੍ਹ ਬ੍ਰੇਕ ਹੋਇਆ ਭਾਵੇਂ ਵਿੱਕੀ ਗੌਂਦਰ ਹੋਣ ਵਾਲਾ ਮਸਲਾ ਹੋਵੇ ਉਸ ਤੋਂ ਪਹਿਲਾਂ ਵੀ ਸਵਾਲ ਉੱਠਦੇ ਰਹੇ ਔਰ ਉਸ ਤੋਂ ਬਾਅਦ ਵੀ ਲਗਾਤਾਰ ਸਵਾਲਾਂ ਦੇ ਘੇਰਿਆਂ ਦੇ ਵਿੱਚ ਨਹੀਂ ਹੈ ਜਿਨ੍ਹਾਂ ਪੰਜਾਬ ਦੀਆਂ ਜਿਲ੍ਹਿਆਂ ਦਾ ਸਿਸਟਮ ਕਿਵੇਂ ਖਰਾਬ ਹੈ ਕਿਵੇਂ ਠੀਕ ਹੋ ਸਕਦਾ ਇਹਨਾਂ ਦੇ ਬਾਰੇ ਜਰੂਰ ਸਮਝਾਓ ਪਹਿਲੇ ਤੇ ਮੋٹے ਤੌਰ ਤੇ ਮੈਂ ਕਹਿਣਾ ਚਾਹਾਂਗਾ ਕਿ ਇਹ ਸਿਰ ਪੰਜਾਬ ਦੀ ਜਿਲ੍ਹਾਂ ਦਾ ਸਵਾਲ ਨਹੀਂ ਹੈ ਕਾਇ ਇਸ ਮੁਰਗ ਦੀ ਆਮ ਤੌਰ ਤੇ ਜਿੰਨੀ ਵੀ ਜੇੜਾ ਹੈਗੀਆਂ ਨੇ ਆਮ ਤੌਰ ਤੇ ਕੀ ਹੈ ਰੀਅਲੀ ਜਿੰਨੀ ਵੀ ਜੇੜਾ ਹੈਗੀਆਂ ਨੇ ਸਾਰਿਆਂ ਦਾ ਸਿਸਟਮ ਜਿਹੜਾ ਹੈਗਾ ਹੈ بگੜਿਆ ਹੋਇਆ ਹੈ ਇੱਕੋ ਜਿਹਾ ਰੀਜ਼ਨ ਇਜ਼ ਦਾ ਇੱਕ ਹੈਗਾ ਕਿ ਨੈਕਸਸ ਕਾਫੀ ਸਾਰੀਆਂ ਹੈਗੀਆਂ ਨੇ ਬਸ ਸਾਰਿਆਂ ਤੋਂ ਜ਼ਿਆਦਾ ਇੰਪੋਰਟੈਂਟ ਨੈਕਸਸ ਜਿਹੜੀ ਹੁੰਦੀ ਹੈਗੀ ਉਹ ਹੈਗੀ ਹੈ ਅ ਸੈਕਸ਼ਨ ਆਫ ਪੋਲੀਟੀਸ਼ੀਅਨਸ ਐਂਡ ਕ੍ਰਾਈਮਨਲਸ ਜੇ ਤੁਸੀਂ ਯੂਪੀ ਦੀ ਗੱਲ ਕਰੋ ਬਿਹਾਰ ਦੀ ਗੱਲ ਕਰੋ ਉਸ ਪਾਸੇ ਕਹਿੰਦੇ ਨੇ ਬਾਹੂਬਲੀ ਹੈਗੇ ਨੇ ਇੱਥੇ ਕਹਿੰਦੇ ਨੇ ਮਸਲਮਨ ਹੈਗੇ ਨੇ ਗੈਂਗਸਟਰਸ ਹੈਗੇ ਨੇ ਇਸ ਤਰ੍ਹਾਂ ਦੇ ਬੰਦੇ ਹੈਗੇ ਨੇ ਕਦੇ ਵੀ ਤੁਸੀਂ ਦੇਖੋ ਕਿ ਪੋਲੀਟੀਸ਼ੀਅਨਸ ਦਾ ਕੰਮ ਜਿਹੜਾ ਹੈਗਾ ਹੈ ਬਗੈਰ ਇਸ ਤਰ੍ਹਾਂ ਦਾ ਅਨਸਰ ਜਿਹੜਾ ਹੈਗਾ ਹੈ ਚਾਹੇ ਬਾਹੂਬਲੀ ਕਹਦੇ ਹੋ ਚਾਹੇ ਗੈਂਗਸਟਰਸ ਕਹਦੇ ਹੋ ਮਸਲਮਨ ਮਸਲਮਨ ਕਹਦੇ ਹੋ ਕੁਝ ਵੀ ਕਹਦੇ ਹੋ ਉਹਨਾਂ ਤੋਂ ਬਗੈਰ ਨਹੀਂ ਚੱਲਦਾ ਹੈਗਾ ਕਿਉਂਕਿ ਜਦੋਂ ਕਿਤੇ ਕੋਈ ਜ਼ਮੀਨ ਤੇ ਕਬਜ਼ਾ ਕਰਾਣਾ ਹੈ ਕਿਸੇ ਨੂੰ ਡਰਾਣਾ ਹੈ ਕਿਸੇ ਨੂੰ ਧਮਕਾਣਾ ਹੈ ਕਿਸੇ ਨੂੰ ਵੋਟ ਮੰਗਣੇ ਹੈਗੇ ਨੇ ਕਿਉਂਕਿ ਇਹ ਤੇ ਹੈਗਾ ਕਿ ਇਸ ਚਾ ਦੇ ਜਿਹੜੇ ਅੰਸਰ ਹੈਗੇ ਨੇ ਇਹਨਾਂ ਦਾ ਖੋਫ ਤੇ ਹੁੰਦਾ ਹੈਗਾ ਔਰ ਵੋਟਰਾਂ ਦੇ ਵਿਚਕਾਰ ਇੱਕ ਕਾਫੀ ਹੱਦ ਤੱਕ ਜਾਂ ਤੇ ਖੋਫ ਚੱਲਦਾ ਜਾਂ ਪਹਿ ਚੱਲਦੇ ਹੈਗੇ ਨੇ ਡਰਾਣਾ ਧਮਕਾਣਾ ਤੇ ਚੱਲਦਾ ਹੈਗਾ ਤੇ ਬੇਸਿਕਲੀ ਸਾਰਿਆਂ ਤੋਂ ਵੱਡਾ ਨੈਕਸਸ ਤੇ ਇਹੀ ਹੈਗਾ ਅ ਸੈਕਸ਼ਨ ਆਫ ਪੋਲੀਟੀਸ਼ੀਅਨਸ ਤੇ ਆਤੇ ਇਸ ਚਾ ਦੇ ਬੰਦੇ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਗੈਂਗਸਟਰ ਕਹਦੇ ਹੋ ਜਾ ਤੋ ਸਿ ਬਾਹੂ ਬਲੀ ਕਹਦੇ ਹੋ ਜਾਂ ਮੁਸਲਮਨ ਕਹਦੇ ਹੋ ਕੁਛ ਵੀ ਕਹਦੇ ਹੋ ਔਰ ਇਨਦੇ ਵਿਚਕਾਰ ਆ ਜਾਂਦੀ ਹੈਗੀ ਇਹ ਪੁਲਿਸ ਅਤੇ ਜੇਲ ਵਿਭਾਗ ਦੋ ਆਮ ਤੌਰ ਤੇ ਮੈਂ ਵੇਖਿਆ ਹੈਗਾ ਕਿ ਜਦੋਂ ਵੀ ਕੋਈ ਵੱਡਾ ਕੋਈ ਗੈਂਗਸਟਰ ਹੈਗਾ ਜਾਂ ਇਸ ਤਰ੍ਹਾਂ ਕੋ ਨਾਮੀ ਬੰਦਾ ਜੇਲ ਜਾਂਦਾ ਹੈਗਾ ਜਦੋਂ ਮੈਂ ਇਸ ਡਿਪਾਰਟਮੈਂਟຊੀ ਉਸ ਵੇਲੇ ਮੈਂ ਵੇਖਿਆ ਸੀ ਕਈ ਵਾਰੀ ਇਸ ਤਰ੍ਹਾਂ ਦਾ ਫੋਨ ਆਂਦਾ ਸੀ ਕਿ ਸਾਡਾ ਬੰਦਾ ਉੱਥੇ ਆ ਰਿਹਾ ਹੈਗਾ ਉਹਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਹੈ ਤੁਲ ਵੀ ਫੋਨ ਆਉਂਦੇ ਸੀ ਇਸ ਤਰ੍ਹਾਂ ਮੇਰੇ ਕੋਲ ਤੇ ਫੋਨ ਨਹੀਂ ਆਇਆ ਪਰ ਮੇਰਾ ਸਟਾਫ ਆ ਕੇ ਦੱਸਦਾ ਜਿਵੇਂ ਕਿਸੇ ਦਾ ਫੋਨ ਆਇਆ ਫੁਲਾਣੇ ਟਿਪਕਾਣੇ ਦਾ ਤੇ ਕੀ ਕਰੀਏ ਨੈਚੁਰਲੀ ਮੈਂ ਰਿਐਕਸ਼ਨ ਨੇ ਪੋਲ ਜਾਵਨੂ ਜਿਹੜਾ ਕਹੇਗਾ ਉਹਨੂੰ ਕੋ ਮੇਰੇ ਨਾਲ ਗੱਲ ਕਰ ਜਿੰਨੇ ਗੱਲ ਕਰਨੀ ਹੈਗੀ ਤੇ ਸਾਰਿਆਂ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਬਦੂਜੀ ਪ੍ਰੋਬਲਮ ਹੈਗੀ ਕਿ ਜੇਲ ਸਟਾਫ ਜਿਹੜਾ ਹੈਗਾ ਉਹਦੇ ਚ ਉਹਨਾਂ ਦੀ ਤਦਾਦ ਜਿਹੜੀ ਹੈਗੀ ਉਹ ਵੀ ਇਕੱਠੇ ਇਕੱਠ ਹੈਗੀ ਹੈ ਔਰ ਇੱਥੇ ਖਾਸ ਕਰਕੇ ਬਾਕੀ ਸਟੇਟਾਂ ਦਾ ਮਨ ਨੂੰ ਨਹੀਂ ਪਤਾ ਪੰਜਾਬ ਦਾ ਮਨ ਨੂੰ ਪਤਾ ਹੈ ਕਈ ਵਾਰੀ ਆਮ ਤੌਰ ਤੇ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਬੰਦਾ ਹੈਗਾ ਹੈ ਜੇਲ੍ਹ ਵਿਭਾਗ ਚ ਗਿਆ ਪਰਤੀ ਹੋਈ ਜਿੱਥੇ ਉਹਦੇ ਪਰਤੀ ਹੁੰਦੀ ਹੈ ਸਾਰੀ ਜ਼ਿੰਦਗੀ ਉੱਥੇ ਗੁਜ਼ਾਰਦਾ ਹੈਗਾ ਤਾਂ ਉੱਥੋਂ ਹੀ ਉਹਦਾ ਰਿਟਾਇਰਮੈਂਟ ਹੁੰਦਾ ਹੈ ਤੇ ਜਦੋਂ ਕੋਈ ਇਨਸਾਨ ਕਿਸੇ ਥਾਂ ਤੇ ਇੱਕ ਲੰਬੇ ਅਰਸੇ ਤੱਕ ਰਹਿ ਜਾਏ ਤਾਂ ਨੈਚੁਰਲੀ ਉਹਦੇ ਨੈਕਸਸ ਬਣ ਜਾਂਦੇ ਹੈਗੇ ਨੇ ਔਰ ਜੇ ਕਿਸੇ ਬੰਦੇ ਨੇ ਇੱਕ ਥਾਂ ਤੇ ਰਹਿਣਾ ਹੈ ਤਾਂ ਉਹਨੂੰ ਕੋਈ ਗੋਡਫਾਦਰ ਵੀ ਚਾਹੀਦਾ ਹੈਗਾ चाहे उत्तना उत्ते दे अफसर होन चाहे कोई पॉलीटिशियन होए या कोई होर रसूखदार बंदा होए कि सूथे रहन दो ट्रांसफर ना हो जो काम होगा का, असी करते रहेंगे और यही गल जी है पुलिस दे नाल हो जाती है, है। तू तो पता है कि पुलिस जोड़ी हैगी अनफोर्चुनेटली हाल हैगा है कि मैं नहीं कहता कि रीली किस पहले बिकी हुई है पर ये काफ़ी हद तक बिकी हुई हैगी पॉलीटिशियन के गोडिया बैठी रहती हैगी है ਤੋ ਇਹ ਸਾਰੀ ਨੈਕਸਸ ਹੈਗੀ ਹੈ ਚਾਹੇ ਤੁਸੀਂ ਪੁਲਿਸ ਡਿਪਾਰਟਮੈਂਟ ਲੈ ਲਿਓ ਜੇਲ ਸਟਾਫ ਲੈ ਲਿਓ ਇਵਨ ਫॉर दैट ਮੈਟਰ ਜਨਰਲ ਐਡਮਿਨਿਸਟ੍ਰੇਸ਼ਨ ਦੂਜੇ ਵੀ ਸਮਾਜ ਦੇ ਵਿੱਚ ਜਿਹੜੀ ਕੁਝ ਸੰਸਥਾਵਾਂ ਹੈਗੀਆਂ ਨੇ ਉਹਨਾਂ ਦਾ ਵੀ ਹਾਲ ਮਾੜਾ ਹੀ ਹੈ ਗਿਆ ਪਰ ਇੱਥੇ ਜੁ ਕਿ ਅਸੀਂ ਗੱਲ ਕਰ ਰਹੇ ਹੈਗੇ ਦਿਸ ਇਜ਼ ਅ ਨੈਕਸਸ ਪੋਲਿਟਿਸ਼ੀਅਨਸ ਕ੍ਰਿਮੀਨਲਸ ਜੇਲ ਸਟਾਫ ਐਂਡ ਪੁਲਿਸ ਪਰ ਇਹ ਨੈਕਸਸ ਜਿਹੜਾ ਇੱਕ ਦੂਜੇ ਦੀਆਂ ਲੋੜਾਂ ਦੇ ਮੁਤਾਬਕ ਹੈ ਕਿ ਪੋਲੀਟੀਸ਼ੀਅਨਸ ਨੂੰ ਗੁੰਡਿਆਂ ਤੱਕ ਗੈਂਗਸਟਰਾਂ ਤੱਕ ਲੋੜ ਪੈਂਦੀ ਹੈ ਕੋਈ ਕਿਸੇ ਨੂੰ ਧਮਕਾਉਣਾ ਕਿਸੇ ਤੋਂ ਕੋਈ ਮਰਡਰ ਕਰਵਾਉਣਾ ਕਿਸੇ ਦਾ ਕਿਸੇ ਨੂੰ ਕੱਟਣਾ ਕਿਸੇ ਨੂੰ ਡਰਾਉਣਾ ਤਾਂ ਔਰ ਉੱਥੇ ਫਿਰ ਕਿਉਂਕਿ ਪੁਲਿਸ ਤਾਂ ਦਬਾਅ ਦੇ ਹੇਠ ਹੁੰਦੀ ਆ ਪੋਲੀਟੀਸ਼ੀਅਨਸ ਦੇ ਫਿਰ ਉਹ ਸਾਰਾ ਕੁਝ ਮਿਲ ਜੁਲ ਕੇ ਚੱਲ ਰਿਹਾ ਹੈ ਆਇਆ ਸਾਰਾ ਨੈਕਸਸ ਹੈਗਾ ਸਾਰਿਆਂ ਤੇ ਲਿੰਕਸ ਜਿਹੜੇ ਹੈਗੇ ਨੇ ਇੱਕ ਦੂਜੇ ਦੇ ਨਾਲ ਹੈਗਾ ਹੈ ਜਿਸ ਤਰ੍ਹਾਂ ਮੈਂ ਅਸਲੀ ਗੱਲ ਕਰੀਏ ਮੈਂ ਤੁਹਾਡੇ ਉੱਤੇ ਡਿਪੈਂਡੈਂਟ ਹੈਗਾ ਤੁਸੀਂ ਤੁਹਾਡੇ ਕੈਮਰਾਮੈਨ ਹੈਗੇ ਨੇ ਉਹਨਾਂ ਦੇ ਡਿਪੈਂਡੈਂਟ ਹੈਗੇ ਨੇ ਤੁਹਾਡੇ ਕੈਮਰਾਮੈਨ ਮੇਰੇ ਤੇ ਡਿਪੈਂਡੈਂਟ ਹੈਗੇ ਨੇ ਸਪੋਸਿੰਗਲੀ ਤੇ ਇੱਕ ਨੈਕਸਸ ਬਣ ਗਿਆ ਇਸ ਇਜ਼ ਅ ਵਿਸ਼ਸ ਸਰਕਲ ਵਿਸ਼ਸ ਸਰਕਲ ਦੀ ਗੱਲ ਕਰੀਏ ਇਕਨੋਮਿਕਸ ਜਿਸ ਤਰ੍ਹਾਂ ਹੁੰਦਾ 1 thing leads to other ਉਹ ਤੇ ਲੀਡ ਸਾਂਵਰੇਸ ਲੀਡ ਸਮਵੇਰ ਐਲ ਕੋਮਕੋਮਾ ਕਿ ਉਹ ਸਰਕਲ ਬਣ ਜਾਂਦਾ ਹੈਗਾ ਜਿੰਨੂ ਕਿ ਅਸੀਂ ਇਕਨੋਮਿਕਸ ਵਗੈਰਾ ਚ ਵਿਸ਼ੇਸ ਸਰਕਲ ਕਹਿੰਦੇ ਐਥੇ ਵੀ ਉਹੀ ਵਿਸ਼ੇਸ ਸਰਕਲ ਹੈਗਾ ਜਿਹੜਾ ਕਿ ਐਗਜ਼ਿਸਟੈਂਸ ਦੇ ਵਿੱਚ ਹੈਗਾ ਜਿਹਦੇ ਕਰਕੇ ਸਾਰੀ ਸਮੱਸਿਆਵਾਂ ਆਉਂਦੀਆਂ ਨੇ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਕਦੇ ਜੇਲ ਸੁਪਰਡੈਂਟ ਨੂੰ ਫੋਨ ਆ ਜਾਂਦਾ ਹੋਊਗਾ ਜਾਂ ਹੋਰ ਜੇਲ ਮਹਿਕਮੇ ਦੇ ਵਕਫਾਕ ਅਫਸਰਾਂ ਨੂੰ ਕਿਉਂਕਿ ਤੁਸੀਂ ਉਹਦਾ ਲੀਡ ਕਰ ਰਹੇ ਸੀਗੇ ਤੁਸੀਂ ਪੂਰਾ ਜੇਲਸ ਤੁਹਾਡੀਆਂ ਸੁਪਰਵਾਈਜ਼ਿੰਗ ਦੇ ਅੰਦਰ ਅੰਦਰ ਸੀਗੀਆਂ ਤੁਸੀਂ ਵਕਫਾਕ ਜੇਲਾਂ ਜਾਂਦੇ ਹੋਗੇ ਕੋਈ ਨਿੱਜੀ ਤਜਰਬਾ ਜ਼ਰੂਰ ਸਾਂਝਾ ਕਰੋ ਮੈਂ ਚਾਹੁੰਦਾ ਕਿ ਕੋਈ ਨਿੱਜੀ ਤੌਰ ਤੇ ਕਿਸੇ ਨੇ ਪ੍ਰੈਸ਼ਰਾਈਜ਼ ਕੀਤਾ ਕਦੇ ਤੁਹਾਨੂੰ ਕਿਸੇ ਪੋਲੀਟੀਸ਼ੀਅਨਸ ਦਾ ਕਾਲ ਆਇਆ ਕਿ ਭਾਈ ਇਸ ਬੰਦੇ ਦਾ ਸਾਡੇ ਦਾ ਗੈਂਗਸਟਰ ਦਾ ਖਿਆਲ ਰੱਖਿਓ ਜਾਂ ਫੁਲਾਨੇ ਬੰਦੇ ਦਾ ਸਾਡੇ ਦਾ ਖਿਆਲ ਰੱਖਿਓ ਕੋਈ ਬਦਕਿਸਮਤੀ ਦੇ ਨਾਲ ਮੇਰੀ ਰੈਪਿਊਟੇਸ਼ਨ ਅਰਸਾਂ ਦੇ ਬਣੀ ਸੀ ਮੇਰੇ ਕੋਲ ਤਾਂ ਖਿਜ ਦਾ ਫੋਨ ਆਇਆ ਨਹੀਂ ਪਰ ਮੇਰਾ ਸਟਾਫ ਜਿਹੜਾ ਹੰਦਾ ਹੈਗਾ ਉਹ ਜ਼ਰੂਰ ਆ ਕੇ ਦੱਸਦਾ ਸਾਰੇ ਦਾ ਫੋਨ ਆਇਆ ਹੈਗਾ ਬੜਾ ਪ੍ਰੈਸ਼ਰ ਪਿਆ ਰਿਹਾ ਹੈਗਾ ਮੈਂ ਕਹਿੰਦਾ ਠੀਕ ਨੌਕਰੀ ਕਰਨੀ ਹੈ ਤਾਂ ਕਰ ਨਹੀਂ ਕਰੀਂ ਨਾ ਕਰ ਲਿਖ ਕੇ ਦੇ ਦੋਸ ਪੋਲੀਟੀਸ਼ੀਅਨ ਦਾ ਫੋਨ ਆਇਆ ਸੀ ਤੇ ਮਨ ਨੂੰ ਜਿਹੜਾ ਐਕਸ਼ਨ ਲੈਣਾ ਹੈਗਾ ਮ ਫੋਰਚੂਨੇਟਲੀ ਉਸ ਸਮਾਂ ਦੇ ਵਿੱਚ ਮਨੂੰ ਪ੍ਰੋਬਲਮ ਨਹੀਂ ਆਈ ਇੱਕ ਹੋਰ ਰੀਜ਼ਨ ਸੀ ਇਹਦਾ ਕਿ ਉਸ ਵੇਲੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਤਿੰਨ ਮੈਂਬਰੀ ਸਿਟਿੰਗ ਜੱਜਸ ਦੀ ਕਮੇਟੀ ਬਣਾਈ ਹੋਈ ਸੀ ਥ੍ਰੀ ਸਿਟਿੰਗ ਜੱਜਸ ਦੀ ਕਮੇਟੀ ਜਿਹੜਾ ਕਿ ਇੱਕ ਬਹੁਤ ਵੱਡੀ ਗੱਲ ਹੈਗੀ ਆਪਣੇ ਆਪ ਨੂੰ ਤੇ ਉਹ ਕਮੇਟੀ ਬਣੀ ਸੀ ਸਾਨੂੰ ਸੁਪਰਵਾਈਜ਼ ਕਰਨ ਲਈ ਸਾਨੂੰ ਸਾਨੂੰ ਵੀ ਅਸੀਂ ਉਹਨਾਂ ਤੋਂ ਗਾਈਡੈਂਸ ਵੀ ਲੈਂਦੇ ਸੀ ਤੇ ਚੰਗੀ ਗੱਲ ਹੈਗੀ ਉਸ ਵੇਲੇ ਅਸੀਂ ਕੋਸ਼ਿਸ਼ ਕੀਤੀ ਕਮੇਟੀ ਬਣ ਗਈ ਬਾਦ ਦੇ ਵਿੱਚ ਰਹੀ ਕੀ ਨਹੀਂ ਰਹੀ ਪਤਾ ਨਹੀਂ ਅਬ ਕਿਉਂਕਿ ਤਿੰਨ ਹਾਈ ਕੋਰਟ ਦੇ ਜਜੇਸ ਵੀ ਬੈਠੇ ਹੈਗੇ ਨੇ ਨਾ ਨੈਚਰਲੀ ਇਨ ਅ ਬਲੇਟਨ ਪ੍ਰੈਸ਼ਰ ਜਿਹੜਾ ਹੈਗਾ ਨਹੀਂ ਹੁੰਦਾ ਸੀ ਬਿਕੋਜ਼ ਸਾਡੀ ਮੀਟਿੰਗਸ ਲਗਾਤਾਰ ਹੁੰਦੇ ਅਸੀਂ ਜਾ ਕੇ ਦੱਸ ਦਿੰਦੇ ਕਮੇਟੀ ਨੂੰ ਹਾਈ ਕੋਰਟ ਨੂੰ ਕਿ ਇੱਥੇ ਇਹ ਗੱਲ ਹੋ ਰਹੀ ਐ ਇਸ ਪੋਲੀਟੀਸ਼ੀਨ ਦਾ ਆ ਰਿਹਾ ਹੈਗਾ ਅਸੀਂ ਇਹਦਾ ਟ੍ਰਾਂਸਫਰ ਕੀਤਾ ਇਹ ਨਹੀਂ ਕੀਤਾ ਤੇ ਉਹ ਤਕੀਰ ਰੋੜਾ ਪੈ ਗਿਆ ਵੀ ਇਸ ਟੂ ਗਿਵ ਨੇ ਫੁੱਲੀ ਇਨਫਾਰਮ ਅਬ ਕਿਉਂਕਿ ਹਾਈ ਕੋਰਟ ਦਾ ਇਨਵੋਲਵਮੈਂਟ ਵਿਚ ਵੀ ਸੀ ਵਿਚਕਾਰ ਸੀ ਇਸ ਕਰਕੇ ਨੈਚਰਲੀ ਅ ਪ੍ਰੈਸ਼ਰ ਵੀ ਕਟ ਜਾਂਦਾ ਸੀ ਅਮਰੇ ਉੱਤੇ ਤਾਂ ਅਨਫੋਰਚਨਟਲੀ ਕਹਿ ਰਿਹਾ ਹੈਗਾ ਕੋਈ ਪ੍ਰੈਸ਼ਰ ਦੇਣ ਦੀ ਕਿਸ ਦੀ ਹਿੰਮਤ ਨਹੀਂ ਪਈ ਜੇ ਦੇਂਦਾ ਤੇ ਫਿਰ ਉਹਦੀ ਬਦਕਿਸਮਤੀ ਹੋ ਜਾਂਦੀ ਮੈਂ ਪਹਿਣਾ ਮੈਂ ਪਾ ਤੇ ਮੈਂ ਪਾ ਜਾਂਦਾ ਕਿ ਆਮ ਨੋਟੋਰੀਅਸ ਫਾਰ ਦਿਸ ਥਿੰਗ ਪਰ ਅ ਅੱਜਕੱਲ ਸਰ ਇਹ ਚੀਜ਼ ਬਹੁਤ ਖੁੱਲੇ ਆਵੇਂ ਚੱਲਦੀ ਜਿੱਦਾਂ ਫਿਲਮਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਸੈੱਲ ਵਿਕ ਜਾਂਦਾ ਜੇਲ੍ਹ ਦੇ ਵਿੱਚ ਪੂਰੀ ਬੈਰਕ ਜੇਲ੍ਹ ਦੇ ਵਿੱਚ ਵਿਕ ਜਾਂਦੀ ਹੈ ਔਰ ਇੱਕ ਬੰਦਾ ਟੌਰ ਦੇ ਨਾਲ ਬੈਠਾ ਹੁੰਦਾ ਪੰਜ ਚਾਰ ਗੁੰਡੇ ਬਦਮਾਸ਼ ਜਿਹੜੇ ਗੁਰਗੇ ਹੁੰਦੇ ਆ ਉਹ ਪੈਰ ਘੁੱਟਰੇ ਹੁੰਦੇ ਆ ਆਮ ਤੌਰ ਤੇ ਸਾਡੇ ਪੰਜਾਬ ਦੀ ਸਾਡੇ ਮੁਲਕ ਦੀ ਜਿਲ੍ਹਾਂ ਦੇ ਵਿੱਚ ਵੀ ਇਸ ਤਰ੍ਹਾਂ ਹੋ ਰਿਹਾ ਜਿਨ੍ਹਾਂ ਦੇ ਵਿੱਚੋਂ ਗੈਂਗਸਟਰ ਫੋਨ ਕਰਕੇ ਫਰੋਤੀਆਂ ਮੰਗ ਰਹੇ ਨੇ ਇਸ ਤਰ੍ਹਾਂ ਦਾ ਕਲਚਰ ਤੁਸੀਂ ਕਲਚਰ ਦੀ ਗੱਲ ਕਰ ਰਹੇ ਹੈਗੇ ਨੇ ਤੁਸੀਂ ਆਪਣ ਲੈਚਰ ਇਮੇਜਿਨੇਸ਼ਨ ਗੋ ਟੋਟਲੀ ਵਾਈਲਡ ਉਹ ਸਾਰੀ ਚੀਜ਼ਾਂ ਜੇਲਾ ਜੀ ਹੁੰਦੀਆਂ ਨੇ ਜੇਲ੍ਹਾਂ ਚੋਂ ਕਿਸੇ ਨੇ ਗੋਡੇ ਦੇ ਬਵਾਣੇ ਹੈਗੇ ਨੇ ਕਿਸੇ ਨੂੰ ਰੋਟੀ ਬਣਵਾਨੀ ਹੈਗੀ ਹੈ ਇਵਨ ਯੂਲ ਫਾਈਂਡ ਦੈਟ ਸੈਕਸੂਅਲ ਪ੍ਰੈਕਟਿਸਸ ਆਰ ਆਲਸੋ देयर ਦੇ ਕੰਟੀਨਿਊ देयर you'll be surprised about it really? yes it happens and time mechanics di jilan di gal kardeo ida udharan sirf main ek dena hai gaya can of worms ek kahawat hai ki angrezi de vich ki can of worms hai tusi khologe to keede makode sade hoy jade hai gayne badbu niklegi that is nothing but a can of uh, can of worms aur manu ne jabda hai gaya kisi sarkar de kaday puri imandari de naal koi is tarah uh, di koshish tray ki sudhar hoye ਮਨੁਜਾਬਦਾ ਹੈਗਾ ਕਿ ਅੱਗੇ ਵੀ ਮਨੁਨਿਜਾਬਦਾ ਕੀ ਕੋਈ ਸੁਧਾਰ ਹੋਏਗਾ ਕਿਉਂਕਿ ਸੁਧਾਰ ਕਰਨ ਦੀ ਕੋਸ਼ਿਸ਼ ਕਰਨਗੇ ਪੋਲੀਟੀਸ਼ੀਅਨ ਜਿਹੜੇ ਹੈਗੇ ਨੇ ਆਪਣੇ ਹੱਥ ਜਿਹੜੇ ਹੈਗੇ ਉਹ ਆਪ ਹੀ ਵੱਡਣ ਦੀ ਕੋਸ਼ਿਸ਼ ਕਰਨਗੇ ਪਰ ਤੁਹਾਨੂੰ ਤੁਸੀਂ ਤੁਹਾਨੂੰ ਕੋਈ ਹੋਪ ਨਹੀਂ ਕੋਈ ਆਸ ਮੀਦ ਨਹੀਂ ਕਿ ਜ਼ਿਲ੍ਹਿਆਂ ਦੇ ਵਿੱਚ ਸੁਧਾਰ ਹੋਊਗਾ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਮਨ ਨੂੰ ਕੋਈ ਆਸ ਨਹੀਂ ਹੈਗੀ ਐਸਾ ਹੀ ਚੱਲਦਾ ਰਹੇਗਾ ਹੋਰ ਮਾੜਾ ਹੋ ਸਕਦਾ ਹੈਗਾ ਬੇਤਰ ਨਹੀਂ ਹੋ ਸਕਦਾ ਕਦੇ ਤੁਸੀਂ ਪਰਸਨਲੀ ਤੌਰ ਤੇ ਸਰ ਮੈਂ ਚਾਹਨਾ ਕਿ ਤੁਹਾਡਾ ਬਹੁਤ ਪੁਰਾਣਾ ਤਜਰਬਾ ਲੰਬਾ ਤਜਰਬਾ ਰਿਹਾ ਤੁਹਾਡਾ ਕੋਈ ਜੇਲ੍ਹ ਮਹਿਕਮੇ ਦਾ ਤਜਰਬਾ ਜਰੂਰ ਇਦਾਂ ਦਾ ਸਾਂਝਾ ਕਰੋ ਜਿਹੜਾ ਕੋਈ ਵਾਕਈ ਤੁਸੀਂ ਦੇਖਿਆ ਔਰ ਸ਼ੌਕਡ ਹੋ ਗਏ ਹੋ ਦੇਖੋ ਜੇਲ੍ਹ ਡਿਪਾਰਟਮੈਂਟ ਦੀ ਇੱਕ ਸਾਰੇ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਕਿ ਜੇਲ੍ਹ ਡਿਪਾਰਟਮੈਂਟ ਦਾ ਅਨਦਰ ਆਪਣਾ ਸਟਾਫ ਹੈਗਾ ਹਾਂ ਯੈਸ ਥੱਲੇ ਤੋਂ ਲੈ ਕੇ ਕਰਕੇ ਉੱਤੇ ਤੱਕ ਆਈਜੀ ਤੱਕ ਤੇ ਉਹਨਾਂ ਦੇ ਉੱਤੇ ਆ ਕੇ ਬਿਠਾ ਦਿੰਦੇ ਨੇ ਕਿਸੇ ਹੋਰ ਨੂੰ ਐਡੀਸ਼ਨਲ ਡੀਜੀਪੀ ਬਣਾ ਕੇ ਜਾਂ ਡੀਜੀਪੀ ਬਣਾ ਕੇ ਇੱਕ आईपीएस ਅਫਸਰ ਜਾਂ ਕਿਸੇ ਹੋਰ ਨੂੰ ਬਾਹਰ ਮਿਖਾ ਦਿੰਦੇ ਸੀ ਤੁਸੀਂ ਕਿਸੇ ਥਾਂ ਤੋਂ ਜਾਂਦੇ ਜਾਂਦੇ ਤਾਂ ਉਸੀ ਉਸ ਥਾਂ ਨੂੰ ਉਸ ਥਾਂ ਤੇ ਜਿਹੜੀ ਤੁਹਾਡੀ ਪਕੜ ਹੈਗੀ ਹੈ ਇਮੀਡੀਏਟਲੀ ਉਹਦੀ ਨਹੀਂ ਹੋਏਗੀ ਉਹਨਾਂ ਨੂੰ ਵੀ ਪਤਾ ਹੈਗਾ ਕਿ ਅਫਸਰ ਆਇਆ ਹੈਗਾ 2 ਸਾਲਾਂ ਤਬਾਦਲਾ ਹੋ ਜਾਏਗਾ ਸਾਡਾ ਵੀ ਹੁੰਦਾ ਹੈਗਾ ਕਿ ਅਸੀਂ ਜੇ ਸਾਡੇ ਤੇ ਪੋਸਟਿੰਗ ਹੋ ਜਾਏ ਤਾਂ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰੀਕੇ ਨਾਲ ਇੱਥੋਂ ਨਿਕਲੋ ਖੁੱਡ ਲਾਈਨ ਹੈਗੀ ਖੁੱਡ ਲਾਈਨ ਕੌਣ ਰਹਿਣਾ ਚਾਹੁੰਦਾ ਹੈਗਾ ਜਿਹੜੇ ਅਫਸਰ ਹੈਗੇ ਉਹਨਾਂ ਦੀ ਵੀ ਕੋਸ਼ਿਸ਼ ਲਗਾਤਾਰ ਰਹਿੰਦੀ ਹੈਗੀ ਕਿ ਇੱਥੋਂ ਨਿਕਲੋ ਜਿਹੜਾ ਸਟਾਫ ਹੈਗਾ ਉਹਨਾਂ ਨੂੰ ਪਤਾ ਹੈ ਕਿਨੇ ਚਲੇ ਜਾਣਾ ਹੈਗਾ ਤੇ ਉਹਨਾਂ ਨੂੰ ਗਲ ਪਤਾ ਲੱਗਣ ਦੀ ਪਤਾ ਲੱਗਦੀ ਹੀ ਨਹੀਂ ਕਿ ਕੁਝ ਹੋ ਰਿਹਾ ਹੈਗਾ ਇਹਨਾਂ ਦਾ ਆਪਣਾ ਜੜਾ ਨੈਕਸਸ ਹੈਗਾ ਪਤਾ ਹੀ ਨਹੀਂ ਲੱਗਦਾ ਅੰਦਰ ਅੰਦਰ ਕੀ ਕੁਝ ਹੋ ਰਿਹਾ ਹੈਗਾ ਜੇ ਤੁਸੀਂ ਕਿਤੇ ਸਾਥ ਜਾਂਦੇ ਹੋ ਤੁਸੀਂ ਇਹ ਕੰਮ ਸ਼ੁਰੂ ਕੀਤਾ ਹੈਗਾ ਵੀਡੀਓ ਰਿਕਾਰਡਿੰਗ ਦਾ YouTube ਐਟ cetera ਐਟ cetera ਦਾ ਤਾਂ ਅਨੁਭਵ ਸਿੱਖਣ ਚ ਟਾਈਮ ਲੱਗੇ ਹੋਣਾ ਦ ਸੇਮ ਥਿੰਗ ਕੋਈ ਨਿਆ ਬੰਦਾ ਤੁਸੀਂ ਕਿਸੇ ਹੋਰ ਮੈਕਮੇ ਚ ਪਾ ਦਿਓ ਸਿੱਖਣ ਚ ਉਹਦੇ ਜੜੀ ਰੋਪਸ ਹੈਗੇ ਨੇ ਉਹਨਾਂ ਦੇ ਬਾਰੇ ਪਤਾ ਕਰਨ ਚ ਟਾਈਮ ਲੱਗਦਾ ਹੈਗਾ ਉਸ ਵੇਲੇ ਤੱਕ ਸਾਡੇ ਵੀ ਕੋਸ਼ਿਸ਼ ਹੁੰਦੀ ਇਥੋਂ ਨਟ ਜਾਓ ਉਹਨਾਂ ਦੇ ਵੀ ਕੋਸ਼ਿਸ਼ ਹੁੰਦੀ ਹੈ ਕਿ ਆਪ ਨੂੰ ਚਲਾ ਜਾਊਗਾ ਕਿ ਉਸ ਵੇਲੇ ਵੀ ਜੇਲਾ ਚ ਇਜ਼ੀਲੀ ਮੋਬਾਈਲ ਮਿਲ ਜਾਂਦੇ ਹੁੰਦੇ ਸੀ ਹਾਂ ਬਹੁਤ ਮਿਲਦੇ ਸੀ ਅਸੀਂ ਗ੍ਰੇਡ ਗ੍ਰੇਡ ਮਾਰਦੇ ਸੀ ਕੋਈ ਨਾ ਕੋਈ ਨਿਕਲਦੇ ਰਹਿੰਦੇ ਸਨ ਲਗਾਤਾਰ ਨਿਕਲਦੇ ਸੀ ਕਿਉਂਕਿ ਉਸ ਵੇਲੇ ਤਾਂ ਛੋਟੇ ਫੋਨ ਸੀ ਸਰ ਜਦੋਂ ਛੋਟੇ ਫੋਨ ਹੁਣ ਤਾਂ smartphones ਜੇ smartphones ਆ ਗਏ ਹਨ ਪਰ ਹੁਣ ਇਹ ਆਮ ਤੌਰ ਤੇ ਗੱਲ ਕਹੀ ਜਾਂਦੀ ਹੈ ਸਰ ਕਿ ਜਿਹੜਾ ਛੋਟਾ ਫੋਨ ਵੀ ਹੈ ਮੰਨ ਲਓ ਉਹ ਵੀ ਤੁਹਾਨੂੰ ਜੇਲ੍ਹ ਚ 50000 ਰੁਪਏ ਦਾ ਮਿਲਦਾ ਜਾਂ ਕੋਈ 20000 30000 ਦਾ ਕੀਪੈਡ ਵਾਲਾ ਫੋਨ ਔਰ ਜੇ ਕੋਈ 스마트ਫੋਨ ਲੈਣਾ ਤੁਸੀਂ ਤਾਂ ਉਹਦੀ ਕੀਮਤ ਫਿਰ ਵੱਖਰੀ ਹੈ ਜੇ ਮੰਨ ਲਓ ਤੁਹਾਨੂੰ ਮਾਰਕੀਟ ਦੇ ਵਿੱਚ ਜਿਹੜਾ ਫੋਨ 40 50 ਹਜ਼ਾਰ ਦਾ ਉਹ ਤੁਹਾਨੂੰ 2.5 ਲੱਖ 3 ਲੱਖ ਰੁਪਏ ਦਾ ਅੰਦਰ ਜੇਲ੍ਹ ਚ ਮਿਲ ਜਾਣਾ ਨੋਟ ਅ ਬਿਗ ਡੀਲ ਜੇਲਾ ਅੰਦਰ ਵੀ ਡਰੱਗਸ ਜਾਂਦੀਆਂ ਹੈਗੀਆਂ ਨੇ ਜਿਹੜੀ ਵੀ ਡਰੱਗਸ ਜਾਂਦੀਆਂ ਹੈਗੀਆਂ ਨੇ ਜਿਹੜਾ ਕੰਜ਼ਿਊਮ ਕਰਦੇ ਹੈਗੇ ਨੇ ਪੇਮੈਂਟ ਉਹ ਤੋਂ ਥੋੜਾ ਨਾ ਹੁੰਦਾ ਪੇਮੈਂਟ ਬਾਰ ਜਿਹੜਾ ਹੈਗਾ ਪਰਿਵਾਰ ਉਹ ਕਰਦਾ ਹੈਗਾ ਜੇ 스마트ਫੋਨ ਹੈ ਜੋ ਚਾਹੀਦਾ ਹੈਗਾ ਜੇਲ੍ਹ ਦੇ ਵਿੱਚ ਬੈਠਾ ਹੈ ਬਾਹਰ ਉਹਨੇ ਆਪਣੇ ਕਿਸੇ ਨੂੰ ਫੋਨ ਕੀਤਾ ਪਰਿਵਾਰ ਨੂੰ ਇਹ ਆਪਣੇ ਕਿਸੇ ਗੁਰਗੇ ਨੇ ਫੋਨ ਕੀਤਾ ਕਿ ਇਹਨਾਂ ਨੂੰ ਇਹਨਾਂ ਪੈਸਾ ਇਹ ਸਾਰੇ ਬਾਹਰ ਯਾਨੀ ਕਿ ਟੋਟਲੀ ਸੁਪਰਡੈਂਟ ਜਾਂ ਹੋਰ ਵਕਵਕ ਲੈਵਲ ਤੇ ਮਿਲੀ ਪਗਤ ਤੋਂ ਬਿਨਾ ਤਾਂ ਪੋਸਿਬਿਲਟੀ ਨਹੀਂ ਹੈ ਆ ਮਿਲੀ ਪਗਤ ਤੇ ਹੁੰਦੀ ਉਹਦੇ ਬਗੈਰ ਤਾਂ ਕੁਝ ਨਹੀਂ ਹੋ ਸਕਦਾ ਹੈ ਗਿਆ ਹੋ ਸਕਦਾ ਹੈ ਕੁਝ ਇਨਸਟੈਂਸਸ ਦੇ ਵਿੱਚ ਜਦੋਂ ਸਾਨੂੰ ਨਾ ਪਤਾ ਲੱਗੇ ਪਰ ਮੋਟੇ ਤੌਰ ਤੇ ਸਾਨੂੰ ਪਤਾ ਹੁੰਦਾ ਹੈ ਕਿ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈਗਾ ਜੀਲਾਂ ਵੀ ਸਰ ਵੈਸੇ ਕਮਾਈ ਦਾ ਸਾਧਨ ਹੈ ਫਿਰ ਇਹ ਕੁਝ ਲੁਕਾਵਾਸ ਬਿਲਕੁਲ ਬਿਲਕੁਲ ਉਹਨਾਂ ਦੀ ਵੀ ਕਮਾਈ ਦਾ ਸਾਧਨ ਹੈ ਪੋਲੀਟਿਸ਼ੀਅਨਸ ਦੇ ਕਮਾਈ ਦਾ ਵੀ ਸਾਧਨ ਹੈਗਾ ਗੈਂਗਸਟਰ ਦੀ ਕਮਾਈ ਦਾ ਸਾਧਨ ਹੈਗਾ ਹਫਤਾ ਜਾਂਦਾ ਹੋਊਗਾ ਲੋਕਾਂ ਨੂੰ ਮੰਥਲੀ ਜਾਂਦਾ ਹਫਤਾ ਹੋ ਸਕਦਾ ਹਫਤਾ ਹੋ ਪਰ ਜਿੱਥੇ ਤੱਕ ਮੇਰਾ ਖਿਆਲ ਹੈਗਾ ਅੰਦਾਜ਼ ਹੈਗਾ ਹਫਤੇ ਦੇ ਥਾਂ ਤੇ ਰਿਕੁਆਇਰਮੈਂਟ ਤੇ ਚੱਲਦਾ ਹੋਏਗਾ ਹਫਤਾ ਤੁਸੀਂ ਕਿਸੇ ਨੂੰ ਦਿਓਗੇ 100 ਦਿਓਗੇ 2 ਦਿਓਗੇ 1000 ਦਿਓਗੇ ਪਰ ਜੇ ਤੁਸੀਂ ਫੋਨ ਮਗਾਣਾ ਹੈਗਾ ਜਿਸ ਤੋਂ ਤੁਸੀਂ ਆਪ ਹੀ ਕਿਹਾ ਕਿ 50000 ਦਾ ਮਿਲਦਾ ਹੈਗਾ ਤੋਂ ਹਫਤੇ ਚ ਪੂਰਾ ਤੇ ਹੋਏਗਾ ਨਹੀਂ ਮੇਰਾ ਖਿਆਲ ਹੈ ਇਟ ਇਜ਼ ਮੋਰ ਨੀਡ ਬੇਸਡ ਤੁਸੀਂ ਕਿੰਨੀ ਡਰੱਗ ਇਸਤੇਮਾਲ ਕਰਦੇ ਹੈਗੇ ਹੋ ਉਨਨਾਂ ਐਕਚੁਅਲੀ ਅਮਾਉਂਟ ਵੱਧ ਜਾਏਗਾ ਆਈ ਥਿੰਕ ਇਟਸ ਨਾਟ ਹਫਤਾ ਇਟਸ ਨੀਡ ਬੇਸਡ ਪਰ ਜੀਲਾਂ ਨੂੰ ਵੈਸੇ ਆਮ ਤੌਰ ਤੇ ਵੱਡੇ ਵੱਡੇ ਅਖਰਾਂ ਚ ਲਿਖਿਆ ਹੁੰਦਾ ਜੀਲਾਂ ਸੁਧਾਰ ਕਰਨੇ ਪਰ ਮੈਨੂੰ ਲੱਗਦਾ ਜੀਲਾਂ ਤੋਂ ਵੱਡਾ ਤਾਂ ਵਿਗਾੜ ਕਰ ਹੀ ਨਹੀਂ ਕੋਈ ਹੋਣਾ ਆਹ ਯੈਸ ਦੈਟਸ ਰਾਈਟ ਜਿ ਵਿਗਾੜ ਕਰ ਹੀ ਹੈਗਾ ਜਦੋਂ ਨਾ ਵੀ ਬਣਿਆ ਸਦਾਰਕਰ ਮੈਂ ਕਿਹਾ ਸੀ ਸਦਾਰਕਰ ਤੇ ਹੋ ਨਹੀਂ ਸਕਦਾ ਵਿਗਾੜ ਕਰ ਹੀ ਹੈਗਾ ਪਰ ਜਿਹੜਾ ਨਵਾਂ ਬੰਦਾ ਜਾਂਦਾ ਕਹਿੰਦੇ ਉਹ ਮਾਹੌਲ ਦੇਖ ਕੇ ਉਸੇ ਮਾਹੌਲ ਦੇ ਵਿੱਚ ਹੀ ਰਚ ਜਾਂਦਾ ਕਿ ਇੱਥੇ ਤਾਂ ਠੀਕ ਹੈ ਟੌਰ ਵੱਖਰੀ ਰਚਣਾ ਪੈਂਦਾ ਹੈਗਾ ਉਹਨਾਂ ਨੂੰ ਕਿ ਜੇਲ੍ਹ ਦੇ ਵਿੱਚ ਕੋਈ ਬੰਦਾ ਚਲਾ ਜਾਏ ਉਹਦਾ ਜਿਹੜਾ ਓਵਰਚਰਸ ਜਿਹੜੇ ਹੈਗੇ ਨੇ ਠੀਕ ਹੈਗਾ ਤੁਹਾਡਾ ਟੀਵੀ ਚੈਨਲ ਹੈਗਾ ਮੈਂ ਵਰਡਸ ਯੂਜ਼ ਨਹੀਂ ਕਰ ਸਕਦਾ ਹੈਗਾ ਕਿ ਕੀ ਹੁੰਦੇ ਹੁੰਦਾ ਹੈਗਾ ਬਟ ਹੀ ਇਸ ਬੰਦਾ ਜਿਹੜਾ ਜਾਂਦਾ ਹੈ ਕਿ ਉਹਨੂੰ ਫੋਰਸ ਕੀਤਾ ਜਾਂਦਾ ਹੈਗਾ ਕਿ ਤੂੰ ਵੀ ਆ ਜਾ ਦੇ ਨਾਲ ਇਸ ਕੰਮ ਦੇ ਚਲ ਰਲ ਜਾ ਨਹੀਂ ਤੇ ਤੇਰੀ ਫਿਰ ਕੁੱਟਾਈ ਹੈਗੀ ਇਹ ਜੋ ਕੁਝ ਵੀ ਹੈਗਾ ਬਦਸਲੂਕੀਆਂ ਹੁੰਦੀਆਂ ਨੇ ਵਕਫ ਵਕਤਾਂ ਦੀਆਂ ਹਰਾਸਮੈਂਟ ਵੀ ਕੀਤੀ ਜਾਂਦੀ ਉਹਨਾਂ ਨੂੰ ਬਿਲਕੁਲ ਹਰਾਸਮੈਂਟ ਤੋਂ ਬੜੀ ਮਾਮੂਲੀ ਜਿਹੀ ਗੱਲ ਹੈਗੀ ਹੈ ਪਰ ਸਰ ਜਿਸ ਤਰੀਕੇ ਦੇ ਨਾਲ ਤੁਹਾਨੂੰ ਕੰਪਲੇਂਟਸ ਮਿਲਦੀਆਂ ਸੀ ਤੁਸੀਂ ਕਹੇ ਕਿ ਵੀ ਨੌਕਰੀ ਕਰਨੀ ਆ ਤਾਂ ਕਰੋ ਨਹੀਂ ਤਾਂ ਜੋ ਪਰ ਜੇ ਇਸ ਤਰ੍ਹਾਂ ਹੀ ਕੋਈ ਅਪਸਰ ਉੱਪਰਲੇ ਲੈਵਲ ਤੋਂ ਸਖਤਾਈ ਕਰਨ ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਗਰਾਉਂਡ ਲੈਵਲ ਤੇ ਤਾਂ ਕੰਮ ਹੀ ਇਨਾ ਕਰਪਟ ਹੋ ਚੁੱਕਿਆ ਹੈ ਜਾਂ ਇੰਨਾ ਹੀ ਚਿੱਕੜ ਇੰਨਾ ਕਿੱਚੜ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਪੌਸਿਬਿਲਟੀ ਨਹੀਂ ਹੈ ਸਾਫ਼ ਹੋਣ ਦੀ ਗਰਾਉਂਡ ਲੈਵਲ ਤੇ ਚਿੱਕੜ ਹੀ ਚਿੱਕੜ ਹੈਗਾ ਜਿਵੇਂ ਪੁਲਿਸ ਵਿਭਾਗ ਹੈਗਾ ਹਾਂਜੀ ਗਰਾਉਂਡ ਲੈਵਲ ਤੇ ਚਿੱਕੜ ਚਿੱਕੜ ਹੈਗਾ ਤੁਸੀਂ ਕਿੰਨੂੰ ਹੀ ਬਿਠਾ ਦਿਓ ਉਹੀ ਹਾਲ ਇੱਥੇ ਹੈਗਾ ਇਹੀ ਹਾਲ ਦੂਜੇ ਸਰਕਾਰ ਦੇ ਬਹੁਤ ਸਾਰੇ ਹੋਰ ਮਹਿਕਮੇ ਜੜੇ ਹੈਗੇ ਨੇ ਉਹਨਾਂ ਅਸੀਂ ਵਿਚਕਾਰ ਹੀ ਹੈਗਾ ਚਿੱਕੜੀ ਚਿੱਕੜ ਹੈਗਾ ਕੁਝ ਲੋਕ ਜੇਲ੍ਹ ਚੋਂ ਬਾਹਰ ਆਉਂਦੇ ਆ ਉਹ ਦੱਸਦੇ ਹੁੰਦੇ ਕਹਿੰਦੇ ਜਰਦੇ ਦੀ ਪੁੜੀ ਵੀ ਪਤਾ ਨਹੀਂ 5-400 ਦੀ ਕਿ ਕਿੰਨੇ ਦੀ ਮਿਲਦੀ ਹੈ ਉਹੀ ਤਾਂ ਮੈਂ ਕਿਹਾ ਕਿ let your imagination go wild ਤੁਹਾਡੀ ਹਰ ਜ਼ਰੂਰਤ ਉੱਥੇ ਪੂਰੀ ਹੋਏਗੀ ਤੁਸੀਂ ਜਿਹੜਾ ਚਾਹੁੰਦੇ ਹੈਗੇ ਉਹ ਤੁਹਾਨੂੰ ਉਹ ਮਿਲੇਗਾ ਉੱਥੇ ਹਾਂ ਉਹਦੇ ਲਈ ਤੁਹਾਨੂੰ ਮੋٹے ਪਹਿ ਜੜਨੇ ਪੈਣਗੇ ਇਹ ਵੀ ਹੈ ਕਿ ਜੇਲ੍ਹ ਦੇ ਵਿੱਚ ਗੈਂਗਸਟਰ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਕਿ ਕਿਸੇ ਤੋਂ ਮਰਨ ਮਰਾਉਣ ਦਾ ਖਤਰਾ ਨਹੀਂ ਹੈ ਇੱਕ ਸੈੱਲ ਲਿਆ ਹੋਇਆ ਇੱਕ ਬੈਰਕ ਲਈ ਹੋਈ ਹੈ ਉਹਦੇ ਵਿੱਚ ਬੈਠੇ ਆ ਸੇਫਲੀ ਉੱਥੋਂ ਜੇਲ੍ਹ ਚੋਂ ਗੈਂਗਸ ਓਪਰੇਟ ਹੋ ਰਹੀਆਂ ਨੇ ਜੇਲ੍ਹ ਦੇ ਵਿੱਚੋਂ ਫੋਨ ਲਾ ਕੇ ਕਰੋੜਾਂ ਕਰੋੜਾਂ ਰੁਪਏ ਦੀਆਂ ਫਰੋਤੀਆਂ ਲਈਆਂ ਜਾ ਰਹੀਆਂ ਨੇ ਹਾਂ ਦਾ ਯੈਸ ਇਜ਼ ਅ ਫੈਕਟ ਸਾਈਕਲ ਹੈਗੀ ਹੈ ਉਸ ਵੇਲੇ ਵੀ ਤੁਹਾਡੇ ਸਾਹਮਣੇ ਵੀ ਕੋਈ ਕੇਸ ਜਿਹਾ ਨਹੀਂ ਤੇ ਹਮੇਸ਼ਾ ਇਸ ਤਰ੍ਹਾਂ ਚੱਲੇ ਮੇਰੇ ਨੋਟਿਸ ਜਾਂਦਾ ਤੇ ਮੈਂ ਤੁਹਾਨੂੰ ਦੇਣਾ ਸੀ ਹਮ ਬਟ ਇਹ ਮੇਰੇ ਨੋਟਿਸ ਜਾਂਦਾ ਸੀ ਹਾਂ ਇਹ ਕੋਸ਼ਿਸ਼ ਹੋ ਰਹੀ ਹੈਗੀ ਕੇ ਇਸ ਬੰਦੇ ਨੂੰ ਇਥੋਂ ਟ੍ਰਾਂਸਫਰ ਉੱਥੇ ਕਰਦੇ ਹਾਂ ਕਿਉਂਕਿ ਕਿਸੇ ਪੋਲੀਟੀਸ਼ੀਅਨ ਦਾ ਉੱਥੇ ਕਮ ਹੈਗਾ ਹੈ ਮੈਂ ਨਹੀਂ ਮੰਨਦਾ ਸੀ ਨਾ ਉੱਥੇ ਹੈਗਾ ਤਾਂ ਉੱਥੇ ਹੀ ਰਹੇਗਾ ਜਾਂ ਫਿਰ ਜੋ ਟ੍ਰਾਂਸਫਰ ਹੋਣਾ ਵੀ ਹੈਗਾ ਸਪੋਜ਼ਿੰਡਲੀ ਇਹ ਜੇਲ ਹੈਗੀ ਪੰਜਾਬ ਦੇਸ਼ ਕੋਨੇ ਚ ਨੂੰ ਟ੍ਰਾਂਸਫਰ ਕਰਕੇ ਜੋ ਸਾਰਿਆਂ ਦੂਰ ਹੈਗੀ ਉੱਥੇ ਕਰ ਦੋ ਉਹਨਾਂ ਦਾ ਜਿਹੜਾ ਪੋਲੀਟੀਸ਼ੀਅਨ ਹੈ ਜਿਹੜਾ ਬਰਸੂਖ ਦਾ ਮਦਦ ਫੋਨ ਆਂਦਾ ਸੀ ਉਹ ਤਾਂ ਪੁੱਠਾ ਹੀ ਕਰ ਦਿੰਦਾ ਸੀ ਹੂੰ ਕਹਿੰਦੇ ਕਿ ਐਲਈਡੀਆਂ ਲੱਗੀਆਂ ਹੋਈਆਂ ਨੇ ਜ਼ਿਲ੍ਹਾ ਦੇ ਵਿੱਚ ਬੈੱਡ ਲੱਗੇ ਹੋਏ ਐ ਬੜਾ ਸ਼ਾਨਦਾਰ ਤਰੀਕੇ ਨਾਲ ਆਨੰਦ ਲਿਆ ਜਾ ਰਿਹਾ ਇੱਕ ਵਾਰੀ ਮਨੂੰ ਪਤਾ ਹੈਗਾ ਕਿ ਇਹ ਇਸ ਇੱਕ ਵਾਰੀ ਕੋਈ ਸਫਾਰਿਸ਼ ਜ਼ਰੂਰ ਆਈ ਸੀ ਕਿ ਕਿਸੇ ਬੰਦਾ ਹੈਗਾ ਕੋਈ ਜੇਲ੍ਹ ਦੇ ਵਿੱਚ ਉਹਨੂੰ ਏਸੀ ਚਾਹੀਦਾ ਹੈਗੇ ਨੇ ਔਰ ਟੀਵੀ ਚਾਹੀਦਾ ਹੈਗਾ ਮੈਂ ਕਿਹਾ ਠੀਕ ਹੈ ਲਿਖ ਕੇ ਆਰਡਰ ਖਰਾ ਦੇਉ ਤੋ ਦੇ ਦੇਾਂਗੇ ਹਾਂ ਸੌਰੀ ਤੁਸੀਂ ਸੌਰੀ ਕਹਿ ਕੇ ਫਿਰ ਕੌਣ ਲਿਖ ਕੇ ਦਿੰਦਾ ਹੂੰ ਉਹਨੂੰ ਪਤਾ ਹੈਗਾ ਕੋਈ ਲਿਖ ਕੇ ਆਏਗਾ ਮੈਂ ਨਾਲ-ਨਾਲ ਪ੍ਰੈਸ ਨੂੰ ਦੇ ਦੇਣਾ ਹੈਗਾ ਉਸ ਵੇਲੇ ਮੈਂ ਸ਼ੁਕਰ ਕਰਨਾ ਹੈਗਾ ਪ੍ਰੈਸ ਦਾ ਪ੍ਰੈਸ ਜੇ ਮੇਰੇ ਨਾਲ ਨਾ ਹੁੰਦੀ মিডিਆ ਮੇਰੇ ਨਾਲ ਨਾ ਹੁੰਦਾ ਮੇਰਾ ਉੱਥੇ ਸਰਵਾਈਵਲ ਬਹੁਤ ਮੁਸ਼ਕਿਲ ਸੀ ਹੂੰ ਗਵਰਨਮੈਂਟ ਅਕਾਲੀ ਦਲ ਦੀ ਗਵਰਨਮੈਂਟ ਸੀ ਉਸ ਦਿਨ ਕੋਈ ਵੀ ਗਵਰਨਮੈਂਟ ਹੋਏ ਕਾਂਗਰਸ ਦੀ ਚਾਹ ਅਕਾਲੀ ਹੋਏ ਚਾਹ ਕਾਂਗਰਸ ਹੋਏ ਚਾਹ ਵਾਟੇਵਰ ਪਾਰਟੀ ਜਿਸ ਤਰ੍ਹਾਂ ਮੈਂ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਜਿਲ੍ਹਾ ਦਾ ਸਿਸਟਮ ਇੱਕੋ ਜਿਹਾ ਹੈਗਾ ਚਾਹ ਕੋਈ ਪਾਰਟੀ ਹੋਏ ਐਕਸ ਵਾਈ ਜ਼ेड ਕੁਝ ਵੀ ਪਾਰਟੀ ਹੋਏ ਕੋਈ ਫਰਕ ਨਹੀਂ ਪੈਂਦਾ ਉਹਦਾ ਜਿਲ੍ਹਾ ਦੇ ਵਿੱਚੋਂ ਡਰੱਗ ਰੈਕਟ ਚੱਲ ਰਿਹਾ ਸਰ ਜਿਸ ਤਰੀਕੇ ਦੇ ਨਾਲ ਕਿਉਂਕਿ ਹੁਣ ਤਾਂ ਡਰੋਨ ਟੈਕਨੋਲੋਜੀ ਬਹੁਤ ਜ਼ਿਆਦਾ ਆ ਗਈ ਹੈ ਡਰੋਨਸ ਦੇ ਨਾਲ ਔਰ ਇਹ ਨਿਕਲ ਕੇ ਸਾਹਮਣੇ ਆਇਆ ਪਿਛਲੇ ਦਿਨੀ ਕਿ ਸੰਗਰੂਰ ਜੇਲ੍ਹ ਦੇ ਵਿੱਚੋਂ ਬੰਦਾ ਬੈਠਾ ਗੈਂਗ ਆਪਰੇਟ ਕਰ ਰਿਹਾ ਔਰ ਬਕਾਇਦਾ ਪਾਕਿਸਤਾਨ ਤੋਂ ਡਰਗ ਮੰਗਵਾ ਕੇ ਪੂਰਾ ਆਪਣਾ ਗੈਂਗ ਚਲਾ ਰਿਹਾ ਇਟਸ ਅ ਫੈਕਟ ਯੈਸ ਇਟਸ ਅ ਫੈਕਟ ਐਸ ਤਰ੍ਹਾਂ ਹੁੰਦਾ ਹੈਗਾ ਕਿ ਫੋਨ ਚੱਲ ਰਿਹਾ ਹੋ ਤਾਂ ਡਰਗਸ ਕਿੱਥੇ ਆਈਆਂ ਕਿੱਥੇ ਦੇਣੀਆਂ ਨੇ ਕਿੰਨੇ ਪੈਸੇ ਦੇਣੇ ਹੈਗੇ ਨੇ ਸਾਰਾ ਜਿਹੜਾ ਆਪਰੇਸ਼ਨ ਜਿਹੜਾ ਹੈ ਜੇਲ੍ਹ ਦੇ ਵਿੱਚ ਬੈ ਕੇ ਹੁੰਦਾ ਹੈਗਾ ਕੀ ਇਹ ਪੋਸਿਬਿਲਟੀ ਨਹੀਂ ਹੈ ਕਿ ਜਦੋਂ ਜੇਲ੍ਹ 'ਚ ਰੇਡ ਦੌਰਾਨ ਫੋਨ ਫੜੇ ਜਾਂਦੇ ਆ ਉਦੋਂ ਸੰਬੰਧਿਤ ਜੋ ਵੀ ਮੌਕੇ ਤੇ ਅਫਸਰ ਹੋਵੇ ਉਹਦੇ ਤੇ ਐਕਸ਼ਨ ਹੋਵੇ ਤਾਂ ਹੋਰ ਬਾਕੀ ਜਿਹਨਾਂ ਨੂੰ ਕੰਨ ਹੋ ਜਾਣਗੇ ਬਾਕੀ ਅਫਸਰਾਂ ਤੇ ਐਕਸ਼ਨ ਹੋ ਜੂਵੇ ਜਦੋਂ ਇਹ ਸਟ੍ਰਿਕਨੈਸ ਤਾਂ ਚਾਹੀਦੀ ਐਕਸ਼ਨ ਤੇ ਹੋਣਾ ਚਾਹੀਦਾ ਪਰ ਦੇਖੋ ਐਕਸ਼ਨ ਵੀ ਤੁਸੀਂ ਲੋਗ ਕਿਸੇ ਸਟਾਫ ਦੇ ਤੇ ਕੀ ਲੋਗੇ ਹਮ ਸਸਪੈਂਡ ਕਰ ਲਓਗੇ ਜੇ ਤੁਸੀਂ ਸਾਡੀ ਪੁਲਿਸ ਦਾ ਕਾਨੂੰਨ ਜਿਹੜਾ ਪੁਲਿਸ ਦਾ ਸਿਸਟਮ ਹੈਗਾ ਰੂਲਸ ਹੈਗੇ ਨੇ ਦੇਖੋ ਉਹਦੇ 'ਚ ਲਿਖਿਆ ਹੈਗਾ ਕਿ ਸਸਪੈਂਸ਼ਨ ਇਜ਼ ਨੋ ਪਨਿਸ਼ਮੈਂਟ ਇਹਦੇ ਕੇਸਸ ਦੇ ਵਿੱਚ ਤਾਂ ਸਿੱਧੀ ਗੱਲ ਚਾਹੀਦੀ ਹੈਗੀ ਕਿ ਬੰਦੇ ਨੂੰ ਸਿੱਧਾ ਡਿਸਮਿਸ ਕਰਕੇ ਘਰ ਭੇਜ ਦਿਓ ਜੇ ਉਨਤਕ ਇਸ ਚੰਦੀ ਗੱਲ ਨਹੀਂ ਹੋਏਗੀ ਸੁਧਾਰ ਨਹੀਂ ਹੁੰਦਾ ਆਮ ਤੌਰ ਤੇ ਇਹ ਵੀ ਗੱਲ ਇੱਕ ਥਿਉਰੀ ਚੱਲ ਰਹੀ ਹੈ ਸਰ ਕਿ ਗੈਂਗਸਟਰਾਂ ਤੋਂ ਲੋਕ ਘਟ ਡਰ ਰਹੇ ਆ ਪੁਲਿਸ ਤੋਂ ਲੋਕਾਂ ਨੂੰ ਡਰ ਲੱਗਣ ਲੱਗ ਗਿਆ ਕਿਉਂਕਿ ਜੇ ਕੋਈ ਗੈਂਗਸਟਰ ਦੀ ਸ਼ਿਕਾਇਤ ਲੈ ਕੇ ਜਾਂਦਾ ਤਾਂ ਅਫਸਰ ਕਾਰਵਾਈ ਨਹੀਂ ਕਰਦਾ ਔਰ ਇਵਨ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਕੋਈ ਨਾ ਤੁਸੀਂ ਸੈਟਲਮੈਂਟ ਕਰ ਲਓ ਯਾਰ ਨਹੀਂ ਤਾਂ ਕਿੰਨਾ ਕਿ ਤੁਸੀਂ ਆਪਦਾ ਧਿਆਨ ਰੱਖ ਲਓਗੇ ਦੇਖੋ ਉਹਨਾਂ ਕੋਲੇ ਤਾਂ ਬੰਦੇ ਹੈਗੇ ਆ ਮਰਵਾ ਦੇਣਗੇ ਤੁਹਾਨੂੰ ਜਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਕਿ ਮਨੂ ਪਤਾਨ ਪਰ ਹੋ ਰਹੀਏਗੀ ਤਾਂ ਮਨੂ ਕੋਈ ਆਮਨਰ ਸਰਪ੍ਰਾਈਜ਼ ਮਨੂ ਕੋਈ ਅਚੰਬਾਨੀ ਹੋ ਰਿਹਾ ਜਿਸ ਤਰ੍ਹਾਂ ਦੀ ਗੱਲ ਹੋਣ ਹੋ ਰਹੀ ਹੈਗੀ ਮਨੂ ਅਚੰਬਾ ਨਹੀਂ ਹੋ ਰਿਹਾ ਹੈ ਗਾਇਜ਼ ਹੋ ਸਕਦਾ ਹੈ ਹੋ ਰਹੀ ਹੋਈ ਪੂਰੀ ਪੋਸਿਬਿਲਟੀ ਹੈ ਕਿ ਇਸ ਤਰ੍ਹਾਂ ਦੀ ਗੱਲ ਦੀ ਬਲੈਕ ਸੀਟਸ ਦੇ ਬਾਰੇ ਇਸ ਤਰ੍ਹਾਂ ਦਾ ਮੈਂ ਦੇਖਿਆ ਹੈਗਾ ਕੋਈ ਸੀਟਾਂ ਦੇ ਵਿੱਚ ਕਿ ਉੱਥੇ ਜਦੋਂ ਗੱਲ ਹੁੰਦੀ ਸੀ ਕਿ ਇਸ ਤਰ੍ਹਾਂ ਦੀ ਗੱਲ ਉੱਥੇ ਹੋਣ ਦੀ ਸੀ ਪੁਲਿਸ ਜੜੀ ਹੈਗੀ ਉਹ ਆਪਸ ਸੈਟਲਮੈਂਟ ਕਰਾਂਗੇ ਸੀ ਐਂਟੀ ਸੋਸ਼ਲ এলিমੈਂਟਸ ਦੇ ਲੋਕਾਂ ਦੇ ਵਿਚਕਾਰ ਲਏ ਦੇ ਕਰਕੇ ਜਿਹੜਾ ਹੈਗਾ ਨੇ ਕਿਸੇ ਦਾ ਮਰਡਰ ਹੋ ਗਿਆ ਉਹਦੇ ਵਿਚਕਾਰ ਬੈਕ ਇਨਸਟੈਡ ਆਫ ਕਾਰਵਾਈ ਕਰਨ ਦੇ ਬਜਾਏ ਕਿ ਦੋ ਮਤ ਆਪਸ ਵਿੱਚ ਸੈਟਲਮੈਂਟ ਕਰਦੇ ਹੋ ਅਨਫੋਰਚੂਨੇਟ ਕੋਈ ਰੇਪ ਹੋ ਗਿਆ ਕੋਈ ਹੈਰਸਮੈਂਟ ਹੋ ਗਿਆ ਕੋਈ ਮੋਲਸਟੇਸ਼ਨ ਹੋ ਗਿਆ ਸਮਝੌਤਾ ਕਰਾ ਦਿਓ ਇਸ ਤਰ੍ਹਾਂ ਦੀ ਗੱਲਾਂ ਹੁੰਦੀ ਹੈਗੇ ਨੇ ਯਸ ਸੈਡ ਬਟ ਟਰੂ ਪਰ ਹੋਣਾ ਤਾਂ ਨਹੀਂ ਚਾਹੀਦਾ ਇਦਾਂ ਹੋਣਾ ਤਾਂ ਬਿਲਕੁਲ ਨਹੀਂ ਚਾਹੀਦਾ ਹੈਗਾ ਕਿਉਂਕਿ ਖਾਕੀ ਵਰਦੀ ਦਾ ਇੱਕ ਰੂਪ ਵੱਖਰਾ ਹੁੰਦਾ ਖਾਕੀ ਵਰਦੀ ਉਹ ਐਨੀ ਪ੍ਰੈਕਟਿਸ ਐਨੀ ਮਿਹਨਤ ਕਰਕੇ ਪਾਉਂਦਾ ਬੰਦਾ ਪਰ ਉਦੋਂ ਸੌ ਵੀ ਸੰਵਧਾਨ ਦੀ ਸੌ ਵੀ ਚੁੱਕੀ ਜਾਂਦੀ ਹੈ ਕਿ ਭਾਈ ਮੈਂ ਤਾਂ ਗੋਪਨੀਯਤਾ ਰੱਖੂੰਗਾ ਮੈਂ ਔਰ ਜਿਹੜਾ ਕੋਈ ਪੀੜਤ ਹੋਊਗਾ ਉਹਨੂੰ ਇਨਸਾਫ ਦਿਵਾਉਂਗਾ ਮੈਂ ਪਰ ਇਹ ਸਾਰੀਆਂ ਚੀਜ਼ਾਂ ਯਾਦ ਨਹੀਂ ਰਹਿੰਦੀਆਂ ਉਦੋਂ ਬੰਦਿਆਂ ਦੇ ਕਹਤੋਂ ਤੁਸੀਂ ਤੇ ਸੌ ਦੀ ਇਹਨਾਂ ਦੀ ਗੱਲ ਛੱਡੋ ਸੌ ਤੇ ਜਿਹੜੀ ਹੈਗੀ ਸਾਡੇ ਜਿਹੜੇ ਹੌਲੀ ਗ੍ਰੰਥ ਹੈਗੇ ਨੇ ਕਿਸੇ ਵੀ ਰਿਲੀਜੀਅਨ ਦੇ ਉਹਨਾਂ ਦੀ ਵੀ ਸੌ ਚੱਕਦੇ ਹੈਗੇ ਨੇ ਤੁਸੀਂ ਇੱਕ ਰਿਲੀਜੀਅਨ ਬਲੀਵ ਕਰਦੇ ਹੈਗੇ ਉਹਦੇ ਗ੍ਰੰਥੀ ਤੁਸੀਂ ਸੌ ਲੈ ਲਓ ਕੋਈ ਹੋਰ ਕਿਸੇ ਦਾ ਕਰਦਾ ਹੈ ਉਹਦੀ ਸੌ ਲੈ ਲਿਓਗੇ ਪਤਾ ਹੀ ਹੈਗਾ ਸਾਰੀ ਗੱਲਾਂ ਜਿਹੜੀ ਹੈਗੀਆਂ ਨੇ ਕੀ ਕਹਾਣੀ ਸੀ ਕੋਈ ਇਹ ਸਬਾਤੇ ਹਨ ਬਾਤੋਂ ਦਾ ਕੀ ਪਰ ਜਿਸ ਤਰੀਕੇ ਨਾਲ ਸਰ ਸੇਮ ਡਿਟੋ ਥਿਉਰੀ ਆਮ ਤੌਰ ਤੇ ਅਸੀਂ 10 ਸਾਲ ਪਹਿਲਾਂ ਦੀਆਂ ਜਿਹੜੀਆਂ ਫਿਲਮਾਂ ਦੇਖੀਆਂ ਠੀਕ ਉਹੀ ਥਿਉਰੀਜ਼ ਆਮ ਤੌਰ ਤੇ ਸਾਨੂੰ ਅੱਜ ਦੇ ਦਿਨ ਅਖਬਾਰਾਂ 'ਚ ਪੜਨ ਨੂੰ ਮਿਲ ਰਹੀਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਲਾਰੈਂਸ ਦਾ ਇੰਟਰਵਿਊ ਹੋਇਆ ਇਹਨੇ ਤਾਂ ਬਹੁਤ ਸਰਪ੍ਰਾਈਜ਼ ਕਰ ਦਿੱਤਾ ਕਿ ਸੀਆਈਏ ਵਾਲਿਆਂ ਨੇ ਖੁਦ ਇੰਟਰਵਿਊ ਕਰਵਾ ਦਿੱਤਾ ਆਮ ਨਾ ਸਰਪ੍ਰਾਈਜ਼ ਮੈਂ ਦੱਸਣਾ ਕਿ ਨੈਕਸਸ ਬੜੀ ਸਟਰੋਂਗ ਹੈਗੀ ਹੈ ਬੜੀ ਸਟਰੌਂਗ ਨੈਕਸਸ ਹੈਗੀ ਹੈ ਇਟ ਇਸ ਆ ਡਿਪੈਂਡੈਂਸੀ ਮੈਂ ਤੁਹਾਨੂੰ ਤੁਸੀਂ ਸਮਝਾਓ ਥੋੜਾ ਜਿਹਾ ਕਿ ਕਿਸ ਤਰੀਕੇ ਦੀ ਡਿਪੈਂਡੈਂਸੀ ਇੱਕ ਗੈਂਗਸਟਰ ਟਾਪ ਪੁਲਿਸ ਨੂੰ ਕੀ ਕੰਮ ਹੋ ਸਕਦਾ ਕਿ ਉਹ ਉਹਦੇ ਸੋਰਸਸ ਨੂੰ ਯੂਜ਼ ਕਰਨਾ ਜਾਂ ਫਾਈਨੈਂਸ਼ੀਅਲੀ ਜਾਂ ਕੁਝ ਹੋਰ ਫਾਈਨੈਂਸ਼ੀਅਲੀ ਵੀ ਹੈਗਾ ਹੈ ਤਾਂ ਦੂਜਾ ਕਿਸੇ ਗੈਂਗਸਟਰ ਦੀ ਮਦਦ ਕਰ ਰਿਹਾ ਹੈ ਉਹ ਜਿਹੜਾ ਬੰਦਾ ਉਸ ਗੈਂਗਸਟਰ ਦੀ ਮਦਦ ਕਰ ਰਿਹਾਣ ਫਾਈਨੈਂਸ਼ੀਅਲੀ ਵੀ ਉਹਨੂੰ ਮਿਲ ਰਿਹਾ ਹੈਗਾ ਉਹ ਤੋਂ ਤੇ ਨਾਲ ਉਹਦਾ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਡਾਇਰੈਕਟ ਲਿੰਕ ਕੁਝ ਪੋਲੀਟੀਸ਼ੀਅਨਸ ਦੇ ਨਾਲ ਹੈਗੇ ਨੇ ਹੂੰ ਦੈਟ ਆਲਸੋ ਵਰਕਸ ਇਹ ਤੇ ਹੀ ਹੈਗਾ ਅੰਗਰੇਜ਼ੀ ਦੇ ਵਿੱਚ ਜਿਹੜੀ ਕਹਾਵਤ ਹੈ ਕਿ ਆਈ ਸਕ੍ਰੈਚ ਯੋਰ ਬੈਕ ਯੂ ਸਕ੍ਰੈਚ ਮਾਈ ਬੈਕ ਉਹੀ ਹੈਗਾ ਤੁਸੀਂ ਮੇਰੇ ਕੰਮ ਆਉ ਮੈਂ ਤੁਹਾਡੇ ਕੰਮ ਉਹਨਾਂ ਦੇ ਲਿੰਕਸ ਜਿਹੜੇ ਹੈਗੇ ਨੇ ਗੈਂਗਸਟਰਸ ਦੇ ਲਿੰਕ ਜਿਹੜੇ ਹੈਗੇ ਨੇ ਜ਼ਿਆਦਾ ਸਟਰੋਂਗ ਹੈਗੇ ਨੇ ਪੁਲਿਸ ਵਾਲਿਆਂ ਦੇ ਹਿਸਾਬ ਬਨਸਪਤੀ ਔਰ ਜਿਵੇਂ ਗੈਂਗਸਟਰ ਜੇਲ ਦੇ ਵਿੱਚ ਮੈਂ ਪਹਿਲਾਂ ਵੀ ਸਰ ਜ਼ਿਕਰ ਕੀਤਾ ਸੌਰੀ ਸਵਾਲ ਮੈਂ ਫਿਰ ਰਿਪੀਟ ਕਰ ਰਿਹਾ ਜਿਵੇਂ ਗੈਂਗਸਟਰ ਜੇਲ ਦੇ ਵਿੱਚ ਬੈਠਾ ਫੋਨ ਚਲਾ ਰਿਹਾ ਜੇਲ ਚੋਂ ਫੋਨ ਤੇ ਥ੍ਰੈਟ ਦੇ ਰਿਹਾ ਉਹ ਪੁਲਿਸ ਮੁਲਾਜ਼ਮ ਦੇ ਕੋਲੇ ਜਾਂਦਾ ਬੰਦਾ ਕਿ ਉਹ ਉਧਰੋਂ ਇਹ ਕਿਹਾ ਜਾਂਦਾ ਕਿ ਉਹ ਤਾਂ ਜੇਲ ਦੇ ਵਿੱਚ ਬੈਠਾ ਹੈ ਪਰ ਉਹ ਜਦੋਂ ਡਿਟੇਲਸ ਦਿਖਾਉਂਦਾ ਔਰ ਫਿਰ ਉਸ ਨੂੰ ਕਾਲ ਆ ਜਾਂਦਾ ਜਾਂ ਫਾਇਰਿੰਗ ਕਰਵਾ ਦਿੰਦਾ ਫਿਰ ਪੁਲਿਸ ਸਰਪ੍ਰਾਈਜ਼ ਹੁੰਦੀ ਹੈ ਕਿ ਹਾਂਜੀ ਇਹ ਤਾਂ ਹੋਣਾ ਸੀਗਾ ਤੁਹਾਨੂੰ ਸਮਝਾਈ ਸੀ ਇਹ ਵੀ ਇੱਕ ਪ੍ਰੈਸ਼ਰ ਬਣਾਉਣ ਦਾ ਕਹਿੰਦੇ ਤਰੀਕਾ ਬਣ ਗਿਆ ਔਰ ਤਾਂਕੀ ਮੋਟੀ ਫਰੋਤੀ ਉਧਰ ਪਹੁੰਚ ਜੇ ਵੀ ਔਰ ਥੋੜਾ ਬਹੁ ਕੀ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈਗੀ ਹੈ ਤੁਸੀਂ ਸਮਝਦੇ ਹੋ ਮੰਨੇਗਾ ਇੱਕ ਸ਼ਕਲ ਜਿਹੜੀ ਹੈਗੀ ਇਹ ਕਹਿੰਦੇ ਨੇ ਹਾਥੀ ਦੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਇਸ ਬੇਸਿਕਲੀ ਨੈਕਸਸ एवरीवन बॉडी 노ਸ ਵਾਟਸ ਹੈਪਨਿੰਗ ਕੀ ਹੋ ਰਿਹਾ ਸਾਰਾ ਨੂੰ ਪਤਾ ਹੈਗਾ ਪਰ ਠੀਕ ਹੈ ਗੱਲਾਂ ਮਾਰ ਦਿੱਤੀਆਂ ਠੀਕ ਹੈ ਅੱਛਾ ਇਸ ਤਰ੍ਹਾਂ ਹੋਇਆ ਸਾਨੂੰ ਤਾਂ ਪਤਾ ਨਹੀਂ ਸੀ ਜੀ ਇਸ ਤਰ੍ਹਾਂ ਵੀ ਹੁੰਦਾ ਹੈਗਾ ਤੁਹਾਨੂੰ ਤਾਂ ਪਤਾ ਹੀ ਨਹੀਂ ਹੈਗਾ ਹਾਲਾਂਕਿ ਗੱਲ ਜਿਹੜੀ ਹੈਗੀ ਬੱਚੇ-ਬੱਚੇ ਨੂੰ ਪਤਾ ਹੈਗੀ ਪਰ ਡਰੱਗਸ ਦੀ ਗੱਲ ਕਰੋ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈਗਾ ਕਿਹੜੇ ਡਰੱਗਸ ਵੇਚਦੇ ਹੈਗੇ ਨੇ ਬਟ ਦਿਸ ਪੁਲਿਸ ਨੂੰ ਕੋਈ ਐਕਸ਼ਨ ਲਾ ਪੁਲਿਸ ਨੂੰ ਕੋਈ ਪਤਾ ਨਹੀਂ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਇਤ ਲਈ ਨਹੀਂ ਆਮ ਤੌਰ ਤੇ ਵੀ ਹੈ ਲੋਕਾਂ ਦੇ ਵਿੱਚ ਕਿ ਪੁਲਿਸ ਨੂੰ ਮੋਟੀ ਸੈਟਲਮੈਂਟ ਹੁੰਦੀ ਹੈ ਔਰ ਇਸੇ ਕਰਕੇ ਪੁਲਿਸ ਕਹਿੰਦੀ ਕਿ ਜੇ ਦੱਸੋ ਕਿੱਥੇ ਹੋਇਆ ਔਰ ਕੁਝ ਥਾਂ ਉੱਤੇ ਤੇ ਇਵਨ ਇਹੋ ਜਿਹਾ ਵੀ ਹੋਇਆ ਕੀ ਜਦੋਂ ਪੁਲਿਸ ਨੇ ਰੇਡ ਕਰਨ ਜਾਣਾ ਸੀ ਵਿੱਚੋਂ ਹੀ ਕੁਝ ਬਲੈਕ ਸ਼ੀਫਸ ਜਿਹਨੂੰ ਕਹਿੰਦੇ ਨੇ ਫੋਨ ਕਰਕੇ ਇਨਫੋਰਮ ਕਰਨ ਦੇ ਕਿ ਰੇਡ ਹੋ ਰਹੀ ਐ ਆਸੇ ਪਾਸੇ ਹੁੰਦਾ 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 ਆ I want to deny that yes another instances ਹੋਏ ਹੈ again yes ਸੁਧਾਰ ਕਿਵੇਂ ਹੋ ਸਕਦਾ ਸਰ ਕੋਈ ਪੋਸਿਬਿਲਟੀ ਕੋਈ ਸੀਸੀਟੀਵੀ ਕੈਮਰਾ ਅੱਜਕੱਲ ਤਾਂ ਟੈਕਨੀਕਸ ਬਹੁਤ ਆ ਗਈਆਂ ਵੈਸੇ ਬਠਿੰਡਾ ਜ਼ਿਲ੍ਹੇ ਕਿੰਦੇ ਸੀ ਜੈਮਰ ਲਾਏ ਗਏ ਆ ਸਰ ਪਰ ਸਫੀਸ਼ੀਐਂਟ ਸਰ ਜੀ ਤੁਸੀਂ ਕੁਝ ਵੀ ਕਰ ਲਿਓ ਕੋਈ ਸੁਧਾਰ ਨਹੀਂ ਹੁੰਦਾ ਹੋ ਸਕਦਾ ਲੋਕੀ ਕਹਿੰਦੇ ਨੇ ਮੈਂ ਬੜਾ ਨਰਾਸ਼ਾ ਨਰਾਸ਼ਾ ਜਨਕ ਇਹਦੇ ਨੇ ਕੀ ਕਹਿੰਦੇ ਨੇ ਨਰਾਸ਼ਾ ਜਨਕ ਬੰਦਾ ਹੈਗਾ ਬਸ ਇਫੈਕਟ ਮੈਂ ਪੈਸਿਮਿਸਟ ਨਹੀਂ ਹੈਗਾ ਸਭ ਦੇਖ ਕਰਕੇ ਅਲਟੀਮੇਟਲੀ ਆ ਫੀਲ ਕਿ ਕੁਛ ਨਹੀਂ ਹੋ ਸਕਦਾ ਇਟਸ ਨਾਟ ਪੋਸੀਬਲ ਜਿਹੜਾ ਸਿਸਟਮ ਹੈਗਾ ਉਹ ਹੀ ਚਲਦਾ ਰਹੇਗਾ ਕੁਝ ਵਾਕਈ ਸਿਸਟਮ ਤੋਂ ਨਰਾਸ਼ ਹੋਗੇ ਸਰ ਅਲਟੀਮੇਟਲੀ ਨਰਾਸ਼ੀ ਹੋ ਗਿਆ ਜਦੋਂ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਇਹਨਾਂ ਬਾਰੇ ਗੱਲ ਕੀਤੀ ਤੇ ਮਨੂੰ ਜਾਪਦਾ ਸੀ ਕਿ ਪੂਰਾ ਪੰਜਾਬ ਮੇਰੇ ਨਾਲ ਖੜਾ ਹੋ ਜਾਏਗਾ ਪਰ ਕਿ ਤੁਸ ਤਾਂ ਬਹੁਤ ਵੋਕਲ ਰਹੇ ਹੋ ਨਸ਼ੇ ਦੇ ਖਿਲਾਫ ਡਰਗਸ ਦੇ ਖਿਲਾਫ ਬਹੁਤ ਵੋਕਲ ਹੈਗਾ ਤੁਸੀਂ ਸਮਝਦੇ ਕੋਈ ਖੜਾ ਹੋਏਗਾ ਮੇਰੇ ਨਾਲ ਮੇਰੇ ਉਤੇ ਅਟੈਕ ਹੋਏ ਕਿਡਨੈਪ ਕਰਨ ਦੀ ਕੋਸ਼ਿਸ਼ ਹੋਈ ਗੋਲੀਆਂ ਚੜੀਆਂ ਕਿ ਕੁਛ ਨਹੀਂ ਹੋ ਕੇ ਖੜਾ ਹੋਇਆ ਨਾਬਡੀ ਇਸ ਕਰਕੇ ਤੁਸੀਂ ਸੋਚਿਆ ਕਿ ਇਸ ਤੋਂ ਪਾਸੇ ਹੋਣਾ ਹੀ ਠੀਕ ਹੈ ਪਾਸੇ ਨਹੀਂ ਹੈ ਠੀਕ ਹੈ ਆਪਣੇ ਜ਼ਬਾਨੀ ਤੌਰ ਤੇ ਮੈਂ ਜਿਹੜਾ ਕੱਲਾ ਕਰ ਸਕਦਾ ਹੈਗਾ 1 ਮੈਂ ਨਾਮ ਹੀ ਜੜੀ ਹੈਗੀ ਹੈ ਮੈਂ ਸਵਾ ਲੱਖ ਹੈਗਾ ਸਵਾ ਲੱਖ ਠੀਕ ਹੈਗਾ ਮਨ ਨੂੰ ਨਹੀਂ ਚਾਹੀਦਾ ਕੋਈ ਹੋਰ ਮੇਰੇ ਨਾਲ ਖੜਾ ਨਾ ਮਨ ਨੂੰ ਉਮੀਦ ਹੈ ਕਿਸੇ ਤੋਂ ਮੈਂ ਸਵਾ ਲੱਖ ਚੰਗਾ ਹੈਗਾ ਪਰ ਥ੍ਰੈਟ ਤੁਹਾਨੂੰ ਆਏ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਥ੍ਰੈਟ ਸੀਗਾ ਜਾਂ ਡਰਬਿਡ ਡਰਗਸ ਦਾ ਬੇਸਿਕਲੀ ਉਹ ਡਰਗਸ ਤੇ ਜਾਂ ਉਹਨਾਂ ਦਾ ਜਿਆਦਾ ਥ੍ਰੈਟਸ ਆ ਇਹਦੇ ਚ ਕਿਉਂਕਿ ਇਹਦੇ ਵਿੱਚ ਜਿਹੜੇ ਬੰਦੇ ਹੈਗੇ ਨੇਚੁਰਲ ਉਹ ਵੀ ਡਰਗਸ ਦੇ ਵਿੱਚ ਇਨਵੋਲ ਹੋ ਗਏ ਨੇ ਤੇ ਬੇਸਿਕਲੀ ਤੁਸੀਂ ਕਹੋ ਕਿ ਕਿੰਗਪਿਨ ਹੈਗਾ ਕਿੰਗਪਿਨ ਸਰੋਲ ਹੈ ਡਰਗ ਡੀਲਰਸ ਐਂਡ ਉਹਨਾਂ ਦੇ ਪੋਲੀਟੀਕਲ ਆਕਾਸ ਇਹ ਚੀਜ਼ ਬਹੁਤ ਚੱਲਦੀ ਹੈ ਸਰ ਕਿ ਜੈਮਰ ਲਗਾ ਦਿੱਤੇ ਜਾਣ ਤਾਂ ਸਿਸਟਮ ਸਾਰਾ ਹੀ ਡਾਊਨ ਹੋ ਜਾਊਗਾ ਪਰ ਉਹ ਕੁਝ ਇੱਕ ਲੋਕਾਂ ਨਾਲ ਗੱਲ ਕੀਤੀ ਜਾਂਦੀ ਕਿੰਦੇ ਇਹ ਤਾਂ ਬਹੁਤ ਪੋਸਿਬਿਲਟੀ ਲੱਗ ਨਹੀਂ ਰਹੀ ਕਿਉਂਕਿ ਜਿਹੜੇ ਜੈਮਰ ਬਠਿੰਡਾ ਲੱਗੇ ਹੋਏ ਆ ਉਹ ਅਪਗ੍ਰੇਡ ਹੋਣ ਵਾਲੇ ਆ ਕਿਉਂਕਿ ਬਹੁਤ ਪੁਰਾਣੇ ਸਿਸਟਮ ਦੇ ਪੁਰਾਣੇ ਜ਼ਮਾਨੇ ਦੇ ਜੈਮਰ ਲੱਗੇ ਹੋਏ ਆ ਕੋਈ ਇੱਕ ਤਾਂ ਅਪਗ੍ਰੇਡ ਦੀ ਗੱਲ ਆਂਦੀ ਹੈਗੀ ਆ ਫਾਈਨੈਂਸਿਸ ਦੀ ਗੱਲ ਆਂਦੀ ਹੈਗੀ ਆ ਉਹ ਹੁੰਦਾ ਹੈਗਾ ਦੂਜਾ ਵਜੋਂ ਕਿਸੇ ਨੇ ਗੱਲ ਕਰਨੀ ਹੈ ਜੈਮਰ ਕੁਝ ਸਮਝ ਲੈ ਆਫ ਕਰ ਦਿਓ ਵਾਟ ਯੂ ਗੋਇੰਗ ਟੂ ਡੂ ਅਬਾਊਟ ਇ ਜਿਹੜੀ ਪ੍ਰੈਕਟਿਸ ਲਾਰੈਂਸ ਦੇ ਇੰਟਰਵਿਊ ਦੀ ਹੋਈ ਹੈ ਇਹ ਤਾਂ ਨਹੀਂ ਹੋ ਸਕਦਾ ਕਿ ਇੱਕ ਸੈਕਿੰਡ ਚ ਮੈਂ ਜਦੋਂ ਤੁਹਾਨੂੰ ਫੋਨ ਕੀਤਾ ਹਾਲਾਂਕਿ ਤੁਸੀਂ ਬਾਹਰ ਸੀਗੇ ਔਰ ਉਸ ਤੋਂ ਬਾਅਦ ਫੋਨ ਕੀਤਾ ਔਰ ਚਲੋ ਜੀ ਲਾਰੈਂਸ ਪ੍ਰਗਟ ਹੋ ਗਿਆ ਇਹ ਵੀ ਕਈ ਦਿਨਾਂ ਦੀ ਪ੍ਰੈਕਟਿਸ ਹੋਊਗੀ ਜਿਸ ਤਰੀਕੇ ਦੇ ਨਾਲ ਇਹ ਇੰਟਰਵਿਊ ਹੈ ਜਿਹ ਕਹਿੰਦੇ ਹੈਗੇ ਨੇ ਬਚੰਡੇ ਤੋਂ ਲਿਆਇਆ ਜਾ ਰਿਹਾ ਐ ਸੇ ਉਹਨੂੰ ਲਾਰੈਂਸ ਨੂੰ ਲਾਰੈਂਸ ਨੂੰ ਕਹਿੰਦੇ ਨੇ ਕਿ ਖਰੜ ਜੇਲ੍ਹ ਚ ਖਰੜ ਖਰੜ ਸੀਆਈਏ ਚ ਹੋਇਆ ਯੈਸ ਖਰੜ ਆਂਦੇ ਹੋ ਅਰੇਂਜਮੈਂਟ ਤਾਂ ਕੀਤਾ ਹੋਣਾ ਹੈ ਕਿ ਮੈਂ ਫੋਨ ਕਰਾਂਗਾ ਇਹ ਕਰਾਂਗਾ ਮੇਰਾ ਵੀਡੀਓ ਬਣਾ ਦੇ ਹੋਏ ਕਰਦੋਗੇ ਅਰੇਂਜਮੈਂਟ ਤਾਂ ਕੀਤਾ ਹੀ ਹੋਣਾ ਹੈਗਾ ਹਮ ਹਮ ਬਣਾਉਂਦੇ ਥੋੜਾ ਨਾ ਹੁੰਦਾ ਇੱਕ ਅਲਾਦੀਨ ਦਾ ਚਰਾਗ ਹੈਗਾ ਕਿ ਇਹ ਕਰਦੇ ਹੋ ਕਰਦੇ ਹੋ ਇਟਸ ਨਾਟ देयर ਹਾਈ ਕੋਰਟ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਸਰ ਕਿ ਆਮ ਤੌਰ ਤੇ ਦੇਖਣ ਨੂੰ ਮਿਲਦਾ ਕਿ ਸਕੈਪ ਗੋਟ ਕਿਸੇ ਛੋਟੇ ਜਿਹੜੇ ਮੁਲਾਜ਼ਮ ਹੁੰਦੇ ਉਹਨਾਂ ਨੂੰ ਬਣਾ ਦਿੱਤਾ ਜਾਂਦਾ ਬਲੀ ਦਾ ਬੱਕਰਾ ਛੋਟੇ ਨੂੰ ਨਾ ਬਣਾਇਆ ਜਾਵੇ ਵੱਡੇ ਅਫਸਰ ਵੀ ਚੁਣੇ ਜਾਣ ਗਿਣੇ ਜਾਣ ਇਹਨਾਂ ਦੇ ਵਿੱਚੋਂ ਦੇਖਿਆ ਜਾਵੇ ਕਿ ਕੌਣ ਨੇ ਉਹਨਾਂ ਤੇ ਵੀ ਐਕਸ਼ਨ ਹੋਣਾ ਇਟਸ ਅਬਾਊਟ ਟਾਈਮ ਠੀਕ ਹੈ ਮੈਂਸ਼ਨ ਕਰਨ ਦੇ ਬਜਾਏ ਬੜਾ ਚੰਗਾ ਹੁੰਦਾ ਜੇ ਮਾਨਯੋਗ ਹਾਈ ਕੋਰਟ ਜਿਹੜਾ ਹੈਗਾ ਸਰਕਾਰ ਨੂੰ ਆਦੇਸ਼ ਦੇ ਦੇ ਕਿ ਇਸ ਤਰ੍ਹਾਂ ਦੇ ਅਫਸਰ ਹੈਗੇ ਨੇ ਉਹਨਾਂ ਨੂੰ ਲਿਸਟ ਆਊਟ ਕਰਕੇ ਸਾਨੂੰ ਪਰ ਜਿਹੜੇ ਲਿਸਟ ਆਊਟ ਕਰਨ ਵਾਲੇ ਅਫਸਰ ਨੇ ਉਹ ਵੀ ਪੰਜਾਬ ਪੁਲਿਸ ਦੀ ਨੇ ਔਰ ਤੁਹਾਨੂੰ ਲੱਗਦਾ ਕਿ ਫੇਅਰਲੀ ਠੀਕ ਹੈ ਜਾਂਚ ਹੋ ਰਹੀ ਹੋਊਗੀ ਕੋਰਟ ਦੀ ਗਾਈਡੈਂਸ ਦੇ ਅੰਦਰ ਹੋ ਰਹੀ ਹੈ ਸੁਪਰਵਾਈਜ਼ਨ ਦੇ ਅੰਦਰ ਹੋ ਰਹੀ ਹੈ ਤਾਂ ਕੋਈ ਪ੍ਰੈਸ਼ਰ ਨਹੀਂ ਹੋਊਗਾ ਇਹ ਕਹਿਣਾ ਔਖਾ ਹੈਗਾ ਹੂੰ ਉਹ ਵੇਖੋ ਤੁਸੀਂ ਚਲੇ ਜਾਓ ਐਕਦਾਮ ਵਾਪਸ ਕਲਕੱਤਾ ਦੇ ਵਿੱਚ ਯੈਸ ਉਹ ਸੁਪਰੀਮ ਕੋਰਟ ਜਿਹੜਾ ਹੈਗਾ ਮਾਨੀਟਰ ਕਰ ਰਿਹਾ ਉਸ ਰੇਪ ਨੂੰ ਸੀਬੀਆਈ ਕਰ ਰਹੀ ਹੈਗੀ ਇਹ ਠੀਕ ਹੈ ਜੇ ਕੋਰਟ ਮਾਨੀਟਰ ਕਰ ਰਹਾ ਹੈ ਪਰ ਕੋਰਟ ਵੀ ਤਾਂ ਮਾਨੀਟਰ ਉਹੀ ਕਰੇਗਾ ਜਿਹੜੀ ਰਿਪੋਰਟ ਹੈ ਉਹਨਾਂ ਦੇ ਕੋਲ ਸਟੇਟਸ ਰਿਪੋਰਟ ਆਣ ਗਿਆ ਉਹ ਸਟੇਟਸ ਰਿਪੋਰਟ ਜਿਹੜੀ ਕਿੰਨੀ ਠੀਕ ਹੈ ਗਈ ਕਿ ਕਿਹ ਚੀ ਕਿੰਨੀ ਗਲਤ ਹੈ ਗਈ ਕਿੰਨੂੰ ਪਤਾ ਹੈਗਾ ਕੋਰਟ ਦੇ ਕੋਲ ਤਾਂ ਜਿਹੜਾ ਡਾਕੂਮੈਂਟ ਗਿਆ ਉਹਦੇ ਹਿਸਾਬ ਨਾਲ ਉਹਨੇ ਕਰਨਾ ਹੈਗਾ ਜਿਨ੍ਹਾਂ ਦੇ ਕੋਲ ਡਾਕੂਮੈਂਟਸ ਹੀ ਗਲਤ ਜਾ ਰਹੇ ਹੈਗੇ ਨੇ ਉਹ ਕੋਰਟ ਵਿੱਚ ਕੀ ਕਰ ਸਕਦਾ ਉਹਦਾ ਸ਼ੁਕਰੀਆ ਆਏ ਦਿਨ ਗੂਲੀਆਂ ਚੱਲ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਇਸ ਪੂਰੇ ਮਾਹੌਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਵੈਪਨਸ ਲਗਾਤਾਰ ਪਾਕਿਸਤਾਨ ਵੱਲੋਂ ਇਹ ਕਲੇਮ ਹੁੰਦਾ ਕਿ ਅਸੀਂ ਇਹਨੇ ਵੈਪਨ ਫੜਲੇ ਨੇ, ਹੈਰੋਇਨ ਫੜਲੀ। ਅੱਜਕੱਲ ਤਾਂ ਟੈਕਨੀਕ ਬਹੁਤ ਆ ਗਈ ਹੈ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਪਾਕਿਸਤਾਨ ਤੋਂ ਡਰੋਨ ਆਉਂਦਾ, ਡਰੋਨ ਵੱਡਾ ਡਰੋਨ ਹੈ ਔਰ ਕਾਫੀ ਮੋਟੀ ਜਿਹੜੀ ਕੁਆਂਟੀਟੀ ਹੈ ਹੈਰੋਇਨ ਦੀ ਉਹ ਸੁੱਟ ਕੇ ਖੇਤਾਂ ਦੇ ਵਿੱਚ ਔਰ ਉਸ ਤੋਂ ਬਾਅਦ ਸਿਰ ਵਾਪਸ ਚਲਾ ਜਾਂਦਾ। ਇਸ ਪੂਰੇ ਸਿਸਟਮ ਨੂੰ ਕਿਵੇਂ ਦੇਖ ਰਹੇ ਹੋ ਜੋ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ। ਇਹ ਫਿਰ ਟੈਕਨੀਕ ਆਈ ਇਹਦੇ ਨਾਲ ਨੁਕਸਾਨ ਵੀ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਨੁਕਸਾਨ ਹੀ ਜ਼ਿਆਦਾ ਹੋ ਰਿਹਾ ਹੈਗਾ ਫਾਇਦਾ ਤਾਂ ਮੇਰੇ ਖਿਆਲ ਕਾਟੀ ਹੋਏਗਾ ਕਿਉਂਕਿ ਡਰੋਨਸ ਦਾ ਸਰਵੇਲੈਂਸ ਦੀ ਗੱਲ ਆਂਦੀ ਹੈਗੀ ਇਹ ਠੀਕ ਹੈ ਸਰਵੇਲੈਂਸ ਹਰ ਟਾਈਮ ਤਾਂ ਨਹੀਂ ਹੁੰਦਾ ਹੈਗਾ ਪਰ ਜੇ ਤੁਸੀਂ ਕੁਆਂਟਮ ਵੇਖੋ ਨੁਕਸਾਨ ਦਾ ਕਿ ਇਹਦੇ ਤੋਂ ਜ਼ਿਆਦਾ ਨੁਕਸਾਨ ਹੈਗਾ ਕਿ ਉਹਦੇ ਤੋਂ ਜ਼ਿਆਦਾ ਨੁਕਸਾਨ ਹੈਗਾ ਡਰੋਨਸ ਤੇ ਫੇਕ ਕਰੰਸੀ ਵੀ ਲਿਆਂਦੇ ਹੈਗੇ ਨੇ ਡਰੱਗਸ ਵੀ ਲਿਆਂਦੇ ਹੈਗੇ ਨੇ ਆ ਵੈਪਨਸ ਵੀ ਲਿਆਂਦੇ ਹੈਗੇ ਨੇ ਉਹਦੇ ਉਹਦੇ ਅਲਾਵਾ ਇੱਕ ਨਵਾਂ ਰਾ ਖੁੱਲ ਗਈ ਹੈਗੀ ਕਿ ਸਮੁੰਦਰ ਦੇ ਰਾस्ते ਆਣਾ ਸ਼ੁਰੂ ਹੋ ਗਿਆ ਹੈ ਸਮਾਨ ਜੋ ਸਟੇਟ ਜਿਹੜੀ ਹੈਗੀ ਹੈ ਜੋ ਸਿਚੁਏਸ਼ਨ ਹੈਗੇ ਦਸ ਫਰਪਲੈਸ ਸਰ ਮੈਂ ਇੱਕ ਦੋ ਚੀਜ਼ਾਂ ਤੁਹਾਡਾ ਐਕਸਪੀਰੀਅੰਸ ਜ਼ਰੂਰ ਜਾਨਣਾ ਚਾਹੁੰਦਾ ਜਦੋਂ ਤੁਸੀਂ ਜੇਲ ਡੀਜੀ ਸੀਗੇ ਆਮ ਤੌਰ ਤੇ ਉਦੋਂ ਤੁਸੀਂ ਜਾ ਰਹੇ ਸੀਗੇ ਜਾਂ ਸਿਸਟਮ ਦੇਖ ਰਹੇ ਸੀਗੇ ਤੁਸੀਂ ਕੰਪਲੇਂਟਸ ਦਾ ਤਾਂ ਹਾਲਾਂਕਿ ਜ਼ਿਕਰ ਕੀਤਾ ਕਿ ਇਸ ਇਸ ਤਰ੍ਹਾਂ ਦੇ ਕੰਪਲੇਂਟਸ ਜਾਂ ਇਸ ਤਰ੍ਹਾਂ ਦੇ ਆਉਂਦੇ ਸੀ ਕਿ ਪੋਲੀਟੀਸ਼ੀਅਨਸ ਦੇ ਕਾਲ ਆ ਰਹੇ ਨੇ ਜਾਂ ਤੁਸੀਂ ਪਰਸਨਲੀ ਕੁਝ ਚੀਜ਼ਾਂ ਦੇ ਵਿੱਚ ਵੜ ਕੇ ਦੇਖਿਆ ਤਾਂ ਕੀ ਸੀਗਾ ਸੀਨ ਜੇਲਾਂ ਦੇ ਵਿੱਚ ਜਾਂ ਕੀ ਤੁਹਾਨੂੰ ਕਿਹੜੀ ਚੀਜ਼ ਨੇ ਜਿਹੜਾ ਸਰਪ੍ਰਾਈਜ਼ ਕੀਤਾ ਜਾਂ ਪ੍ਰਭਾਵਿਤ ਕੀਤਾ ਜਿਲ੍ਹਿਆਂ ਦੇ ਵਿੱਚ ਸਾਰਿਆਂ ਤੋਂ ਵੱਡੀ ਜਸਟਾ ਮੈਂ ਗੱਲ ਇਹ ਹੀ ਦੇਖੀ ਹੈਗੀ ਕਿ ਡਰੱਗਸ ਦਾ ਕਪੂਰਥਲਾ ਜੇਲ੍ਹ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਜਿਹੜੇ ਡਰਗ ਐਡਿਕਟਸ ਉਹਨਾਂ ਨੂੰ ਇਸੈਗਰੀਗੇਟ ਕੀਤਾ ਉੱਥੇ ਜਿਹੜੇ ਕੁਝ ਡਾਕਟਰਸ ਹੈਗੇ ਨੇ ਉਹਨਾਂ ਦਾ ਐਸੋਸੀਏਸ਼ਨ ਲੈ ਕਰਕੇ ਉਹਨਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਡੀ ਐਡਿਕਸ਼ਨ ਕਰਨ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਇੱਕ ਜੇਲ੍ਹ ਦੇ ਵਿੱਚ ਇੱਕ ਵੱਡਾ ਬੰਦਾ ਸੀ ਉਹਦਾ ਖਾਣਾ ਲੋ 5 ਸਟਾਰ ਹੋਟਲ ਤੋਂ ਆਂਦਾ ਸੀ ਯਾਰ ਇਹ ਇਸ ਤਰ੍ਹਾਂ ਦੀ ਗੱਲ ਹੋਈ ਵੀ ਸਟਾਪ दैट ਕੋਈ ਸਫਾਰਿਸ਼ ਕਰਦੇ ਜੇ ਆ ਗਈ ਕਿ ਇਹਨੂੰ ਕੋਈ ਫੈਸਿਲਿਟੀ ਦਿਓ ਤਾਂ ਇਹ ਜਿਹੜਾ ਖਾਣਾ 5 ਸਟਾਰ ਚ ਆਉਂਦਾ ਸੀ ਤੁਸੀਂ ਰੁਕਵਾਇਆ ਉਹਨੂੰ ਦੇਖੋ ਆ ਬੰਦੇ ਨੂੰ ਕੱਢ ਕੇ ਕਿਤੇ ਹੋਰ ਸੱਟਿਆ ਮੈਂ ਨਾ ਦੱਸ ਸਕਦੇ ਹੋ ਕਿ ਨਹੀਂ نو ਬਹੁਤ ਤਕ ਚੁੱਕੇ ਹੈ ਸੋ ਇਸ ਤਰ੍ਹਾਂ ਦੀ ਗੱਲਾਂ ਤੇ نو ਕਮੈਂਟਸ ਆਈ ਵਿਲ ਨਾਟ ਟੇਕ ਐਨੀ ਨੇਮਸ نو ਸੌਰੀ ਥੈਂਕ ਯੂ ਠੀਕ ਹੈ ਸਰ ਔਰ ਇੱਕ ਮੇਰਾ ਆਖੀਰਲਾ ਸਵਾਲ ਹੈ ਜਿਸ ਤਰੀਕੇ ਨਾਲ ਤੁਸੀਂ ਲੜੇ ਪੂਰੇ ਸਿਸਟਮ ਦੇ ਨਾਲ ਤੁਸੀਂ ਬਹੁਤ ਵੋਕਲ ਹੋ ਕੇ ਬੋਲੇ ਵੀ ਔਰ ਇਸੀ ਕਰਕੇ ਜੋ ਤੁਸੀਂ ਭੁਗਤ ਰਹੇ ਹੋ ਇਸੀ ਕਰਕੇ ਸ਼ਾਇਦ ਕੋਈ ਅਫਸਰ ਬੋਲਣ ਤੋਂ ਗਰੇਜ ਕਰਦੇ ਆ ਉਹ ਕਹਿੰਦੇ ਕਿ ਨਹੀਂ ਜਿੱਦਾਂ ਸਿਸਟਮ ਚੱਲ ਰਿਹਾ ਏਦਾਂ ਚੱਲਦੇ ਰਹੋ ਪਾਣੀ ਦੇ ਵਹਾ ਦੇ ਨਾਲ ਠੀਕ ਸਹੀ ਗੱਲ ਹੈਗੀ ਆ ਹੋਰ ਵੀ ਇਹਨੇ ਅਫਸਰ ਉਥੇ ਆਏ ਹੈਗੇ ਨੇ ਉਹਨੇ ਵੀ ਹੈਗੇ ਨੇ ਨੋਬਾਡੀ ਟਾਕਸ ਅਬਾਊਟ ਇਟ ਤੁਹਾਨੂੰ ਦੇਖਿਆ ਕਿ ਮੇਰਾ ਕੀ ਹਾਲ ਕੀਤਾ ਗਿਆ ਥੋੜੀ ਗਲਤੀ ਸੀਗੀ ਸਿਸਟਮ ਦੇ ਖਿਲਾਫ ਬੋਲਣਾ ਮੈਂ ਹਾਂ ਹੀ ਇਸ ਤਰ੍ਹਾਂ ਦਾ ਕਮਲਾ ਜੀ ਆਪਾਂ ਦਾ ਤਾਂ ਪਾਈਂ ਕੋਣ ਬੰਦਾ ਹੈਗਾ ਕਿਸੇ ਪੋਲੀਟੀਸ਼ੀਅਨ ਨੂੰ ਕੁੱਟਦਾ ਮੈਂ ਕੁੱਟੇ ਆਈ ਮੈਂ ਕਮਲਾ ਜੀ ਆ ਠੀਕ ਕਰ ਕੀ ਕਰ ਲੋਗੇ ਤੁਸੀਂ ਪਰ ਸਿਸਟਮ ਨੂੰ ਠੀਕ ਕਰਨ ਵਾਸਤੇ ਉਹ ਜੇ ਕਮਲੇ ਜੀ ਲੋਕਾਂ ਦੀ ਲੋੜ ਤਾਂ ਕੱਲਾ ਕੱਲਾ ਬੰਦਾ ਕੀ ਕਰ ਸਕਦਾ ਹੈ ਲੋਕ ਨਾਲ ਨਹੀਂ ਚੱਲਦੇ ਕੋਈ ਨਹੀਂ ਖੜਾ ਹੁੰਦਾ ਕਾਕਾ ਕੋਈ ਨਹੀਂ ਖੜਾ ਹੁੰਦਾ ਲੋਕ ਸਖ ਤਮਾਸ਼ਾ ਦੇਖ ਲੋਕ ਇਹ ਕਹਿਣਗੇ ਕੀ ਹੁੰਦਾ ਹੈਗਾ ਹਿੰਦੀ ਵਿੱਚ ਕੀ ਕਹਿੰਦੇ ਨੇ ਤੁਹਾਡਾ ਨਾਮ ਵਿਕਰਮ ਯੈਸ ਵਿਕਰਮਜੀਤ ਸਿੰਘ ਅੱਗੇ ਚਲੋ ਹਮ ਤੁਹਾਰੇ ਸਾਥ ਹੈ ਬਸ ਨਾਰਾ ਨਾਰਾ ਜੈ ਜੀ ਕਾਲ ਜੀ ਆ ਵਾਗੇ ਚਲੋ ਅੱਗੇ ਚਲੋ ਹਮ ਤੁਹਾਰੇ ਸਾਥ ਹੈ ਮੈਨੂੰ ਲੱਗਿਆ ਸੀਗਾ ਕਿ ਲੋਕ ਮੇਰਾ ਸਾਥ ਦੇਣਗੇ ਲੱਗਿਆ ਸੀ ਪਰ ਕੋਈ ਨਹੀਂ ਕਿਉਂਕਿ ਆਮ ਤੌਰ ਤੇ ਸਰ ਪੰਜਾਬ ਦੀ ਸਪਿਰਟ ਬਾਰੇ ਇਹ ਗੱਲ ਕਹੀ ਜਾਂਦੀ ਕਿ ਕੋਈ ਚੰਗਾ ਬੰਦਾ ਉੱਠਦਾ ਤਾਂ ਲੋਕ ਉਹਦੇ ਨਾਲ ਤੁਰ ਪੈਂਦੇ ਮੇਰੇ ਨਾਲ ਕੋਈ ਨਹੀਂ ਖੜਿਆ ਹੁਣ ਦੇਖੋ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜੀ ਇਸ ਵੇਲੇ ਇੱਕ ਪ੍ਰੋਡਿਊਸਰ ਸਾਹਿਬ ਹੈਗੇ ਨੇ ਮੂਵੀਜ਼ ਬਣਾਉਂਦੇ ਹੈਗੇ ਨੇ ਉਹ ਪੰਜਾਬ ਦੇ ਉੱਤੇ ਕੋਈ ਡਾਕੂਮੈਂਟਰੀ ਕਰਨਾ ਚਾਹੁੰਦੇ ਨੇ ਇੱਥੇ ਆਏ ਤੇ ਉਹਨਾਂ ਨੂੰ ਮੈਂ ਰੈਫਰੈਂਸਿਸ ਵਗੈਰਾ ਦਿੱਤੇ ਹੂੰ ਕੋਈ ਵੀ ਬੰਦਾ ਉਹਨਾਂ ਦੇ ਨਾਲ ਕੈਮਰੇ ਦੇ ਉੱਤੇ ਗੱਲ ਕਰਨ ਨੂੰ ਤਿਆਰ ਨਹੀਂ ਸੀ

ਨਾਮੀ ਬੰਦੇ ਹੈਗੇ ਨੇ ਜਿਹੜਾ ਕਿ ਕਹਿੰਦੇ ਨੇ ਬੜੇ ਚੰਗੇ ਐਕਟੀਵਿਸਟ ਹੈਗੇ ਨੇ ਪਰ ਕਲਚਰ ਕਿਵੇਂ ਰੁਕੂਗਾ ਸਰ ਕਿਉਂਕਿ ਲੋ ਲੋੜਤ ਹੈਗੀ ਕਿ ਸਟਾਪ ਹੋ ਸਕੇ ਲੋਕ ਜਿਹੜੇ ਆ ਆਮ ਲੋਕ ਆ ਜਿਹੜਾ ਕਿਉਂਕਿ ਇੱਕ ਵਪਾਰੀ ਡਰਿਆ ਹੋਇਆ बिजनेसमੈਨ ਜਿਹੜਾ ਭਾਵੇਂ ਪੂਰੇ ਓਵਰਆਲ ਕੰਟਰੀ ਦੀ ਗੱਲ ਅਸੀਂ ਕਰੀਏ ਤਾਂ बिजनेसमੈਨਸ ਨੂੰ ਥ੍ਰੈਟ ਕਾਲ ਆਉਂਦੀਆਂ ਕੋਈ 5 ਕਰੋੜ ਰੁਪਏ ਮੰਗਦਾ ਉਹ ਕਹਿੰਦੇ 2.5 ਕਰੋੜ ਰੁਪਏ 3 ਕਰੋੜ ਕੋਈ 50 ਲੱਖ ਰੁਪਏ ਦੇ ਕੇ ਤਾਂ ਖੇੜਾ ਛਡਾਉਂਦਾ ਈਵਨ ਮੈਂ ਇੱਕ ਜ਼ਿਕਰ ਵੀ ਕਰਦਾ ਸਰ ਸਿੱਧੂ ਮੂਸੇਵਾਲਾ ਬਹੁਤ ਵੱਡਾ ਗਾਇਕ ਸੀ ਪੰਜਾਬੀ ਗਾਇਕਾਰ ਉਸ ਦਾ ਮਰਡਰ ਹੋ ਗਿਆ ਉਸ ਤੋਂ ਬਾਅਦ ਇਹ ਗੱਲਾਂ ਨਿਕਲ ਕੇ ਆਈਆਂ ਕਿ ਜਿਹੜੀਆਂ ਫਰੋਤੀ ਸੀਗੀਆਂ ਉਹ ਬਹੁਤ ਵੱਡੇ ਪੱਧਰ ਤੇ ਇਹਨਾਂ ਗ ਉਹ ਜੋ ਕਿ ਬਾਹਰ ਬੈਠ ਕੇ ਜਾਂ ਜਿਲ੍ਹਾ ਚ ਬੈਠ ਕੇ ਆਪਦਾ ਗੈਂਗ ਚਲਾ ਰਿਹਾ ਜਿਵੇਂ ਕਹਿੰਦੇ ਫੋਨ ਜਾਂਦਾ ਸੀ ਠਾ ਕਰਕੇ ਫਰੋਤੀ ਵਾਸਤੇ ਔਰ ਬੱਚੇ ਬੰਦੇ ਪਾ ਕੇ ਮੀਡੀਏਟਰ ਪਾ ਕੇ ਫਰੋਤੀਆਂ ਬਹੁਤ ਵੱਡੇ ਪੱਧਰ ਤੇ ਦਿੱਤੀਆਂ ਗਈਆਂ ਲੋਕਾਂ ਨੂੰ ਇਹ ਸਾਰੇ ਸੌਫਟ ਟਾਰਗੇਟਸ ਹੈਗੇ ਨੇ ਸਫਰ ਕਰਦੇ ਹੈਗੇ ਨੇ ਸਿੰਗਰਸ ਹੋ ਗਏ ਆਰਟਿਸਟ ਹੋ ਗਏ ਇਹਦੇ ਇਲਾਵਾ ਤੁਹਾਡੇ ਈਵਨ ਡਾਕਟਰਸ ਹੋ ਗਏ ਰੀਅਲ ਏਸਟੇਟ ਵਾਲੇ ਹੈਗੇ ਨੇ ਉਹ ਹੋ ਗਏ ਤੇ ਸਾਰੇ ਜਿਹੜੇ ਹੈਗੇ ਨੇ ਤੇ ਸੌਫਟ ਟਾਰਗੇਟਸ ਤੇ ਇਹਨਾਂ ਦੇ ਉੱਤੇ ਤਸ਼ੱਦਦ ਜਿਹੜੀ ਹੈਗੀ ਹੁੰਦੀ ਹੈਗੀ ਉਹਨਾਂ ਤੋਂ ਉਗਰਾਹੀ ਕਰਨ ਦੀ ਕੋਸ਼ਿਸ਼ ਲਕ ਹੁੰਦੀ ਰਹਿੰਦੀ ਹੈ ਪਹਿਲੇ ਵੀ ਹੁੰਦੀ ਸੀ ਨੈਚੁਰਲੀ ਕਿਸ ਜ਼ਮਾਨੇ ਦੇ ਡਾਕੂ ਹੁੰਦੇ ਸੀ ਡਾਕੂਆਂ ਦਾ ਵੀ ਹਾਲ ਸੀ ਕਿ ਤੇ ਤੁਹਾਡੇ ਘਰ ਚੇ ਕਰ ਦੇਾਂਗੇ ਉਹ ਕਰ ਦੇਣਗੇ ਵਰਨਾ ਫਿਰ ौती ਦੇ 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 ਤੋ ਪਤਾ ਨਹੀਂ ਕਿੰਨੇ ਹਜ਼ਾਰਾਂ ਸਾਲਾਂ ਤੋਂ ਹਜ਼ਾਰ ਤਾਂ ਨਹੀਂ ਕਹਿ ਸਕਦਾ ਹੈਗਾ ਪਰ ਸ਼ਾਇਦ ਅੱਜਕੱਲ 20 ਉਹ 2024 ਹੈਗਾ ਤੇ 2026 ਤੋ ਤੇ ਚੱਲ ਹੀ ਰਹੇਗਾ ਘਟਦਾ ਘਟਦਾ ਹਮਮ ਔਰ ਇਹ ਸਿਸਟਮ ਤਾਂ ਕਿ ਬਧੂ ਗਈ ਕਿਉਂਕਿ ਆਮ ਤੌਰ ਤੇ ਅਸੀਂ ਫਿਲਮਾਂ ਦੇਖਦੇ ਆ ਜਾਂ ਵਿਦੇਸ਼ੀ ਸਿਸਟਮ ਤੇ ਮੈਕਸੀਕੋ ਵਾਲਾ ਸਿਸਟਮ ਦੇਖਦੇ ਆ ਤਾਂ ਉੱਥੇ ਤਾਂ ਜ਼ਰੂਰ ਦੇਖਿਆ ਸੀ ਕਿ ਡਰੱਗ ਰੈਕੇਟਸ ਜਿਹੜੇ ਵੱਡੇ ਵੱਡੇ ਜਾਂ ਫਿਰ ਹਿਊਮਨ ਟ੍ਰੈਫਿਕਿੰਗ ਕਰਨ ਵਾਲੇ ਲੋਕ ਆ ਜਿਹੜੇ ਉਹ ਜੰਗਲਾਂ 'ਚ ਬੰਦਿਆਂ ਨੂੰ ਵੱਢ ਕੇ ਜਿਹੜਾ ਨਹੀਂ ਪੈਸੇ ਦਿੰਦਾ ਛੁੱਟ ਦਿੰਦੇ ਆ ਪਨਾਮਾ ਦੇ ਜੰਗਲ 'ਚ ਆ ਇੱਥੇ ਉਹਨਾ ਮਾੜਾ ਨਹੀਂ ਹੈਗਾ ਬਟ ਹੀ ਇਸ ਰੱਬ ਨਾ ਕਰੇ ਕਿ ਆਉਣ ਵਾਲੇ ਸਮਾਜਾ ਇਸ ਤਰ੍ਹਾਂ ਨਾ ਹੋ ਜਾਏ ਥੈਂਕ ਯੂ ਸਰ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਬੜਾ ਖਤਰਨਾਕ ਬੰਦਾ ਥੈਂਕ ਯੂ ਸਰ ਥੈਂਕ ਯੂ ਸੋ ਮਚ ਸਰ ਵੇਖਣ ਚ ਲੱਗਦਾ ਹੈਗਾ ਕਿ ਜੜ ਪਸਲੀ ਜੋ ਹੈਗਾ ਪਰ ਹੈ ਬੜਾ ਖਤਰਨਾਕ ਬੰਦਾ ਹੈ ਥੈਂਕ ਯੂ ਨਹੀਂ ਸਰ ਇਹੋ ਜੋ ਕੁਝ ਨਹੀਂ ਥੈਂਕ ਯੂ ਸਰ ਥੈਂਕ ਯੂ ਤੁਸੀਂ ਬਹੁਤ ਸੋਵਾ ਵੈਲਕਮ ਵੈਲਕਮ ਤਾਂ ਸ਼ਸ਼ੀकांत ਜੀ ਸੜਨਾਲ ਸੀਗੇ ਸਾਬਕਾ ਡੀਜੀਪੀ ਨੇ ਜੇਲ ਦੇ ਔਰ ਇਸ ਦੇ ਨਾਲ ਹੀ ਵਕ ਵਕ ਥਾਮਾ ਤੇ ਜ਼ਿੰਮੇਵਾਰੀਆਂ ਇਹਨਾਂ ਨੇ ਨਿਭਾਈਆਂ ਕਿਉਂਕਿ ਇਹਨਾਂ ਨੇ ਜਦੋਂ ਕਈ ਚੀਜ਼ਾਂ ਰਿਪੋਰਟਸ ਜਿਹੜੀਆਂ ਅੰਦਰੂਨੀ ਦਿੱਤੀਆਂ ਭਾਵੇਂ ਮਰਹੂਮ ਸਾਪ ਦਾ ਸੀਐਮ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਦਿੱਤੀਆਂ ਰਿਪੋਰਟਸ ਉਹਨਾਂ ਨੇ ਵੀ ਬਹੁਤ ਹੈਰਾਨੀ ਜਨਕ ਚੀਜ਼ਾਂ ਸੀਗੀਆਂ ਔਰ ਰੌਂਕ ਤੇ ਖੜੇ ਕਰ ਦੇਣ ਵਾਲੀਆਂ ਚੀਜ਼ਾਂ ਸੀਗੀਆਂ ਹੋਰ ਵੀ ਜਿਹੜੇ ਕੰਮ ਕੀਤੇ ਭਾਵੇਂ ਕਹਿੰਦੇ ਕਿ ਅਸੂਲਾਂ ਦੀ ਲੜਾਈ ਮੇਰੀ ਰਹੀ ਹੈ ਵਕ ਵਕ ਮਸਲਿਆਂ ਨੂੰ ਲੈ ਕੇ ਮੈਂ ਲੜਦਾ ਰਿਹਾ ਇਸ ਕਰਕੇ ਪਰ ਅਫਸੋਸ ਇਹਨਾਂ ਨੂੰ ਇਸ ਗੱਲ ਦਾ ਕਿ ਲੋਕਾਂ ਨੇ ਕਦੇ ਵੀ ਇਹਨਾਂ ਦਾ ਸਾਥ ਨਹੀਂ ਦਿੱਤਾ ਲੋ ਇਹਨਾਂ ਨੇ ਆਪਣੇ ਆਪ ਨੂੰ ਕਈ ਥਾਵਾਂ ਤੇ ਇਕੱਲੇ ਮਹਿਸੂਸ ਕੀਤਾ ਇਸ ਕਰਕੇ ਕਹਿੰਦੇ ਕਿ ਨਿਰਾਸ਼ਾ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ ਕਿ ਜਿਹੜੇ ਸਿਸਟਮ ਨੂੰ ਲੈ ਕੇ ਮੈਂ ਆਵਾਜ਼ ਚੁੱਕਦਾ ਰਿਹਾ ਜਾਂ ਜੇਲ੍ਹ ਦੀ ਜੀ ਹੋਣ ਦੇ ਸਮੇਂ ਜਦੋਂ ਫੋਨ ਆਉਂਦੇ ਸੀਗੇ ਕਿਸੇ ਪੋਲੀਟੀਸ਼ੀਅਨਸ ਦੇ ਫੇਵਰ ਕਰਨ ਵਾਸਤੇ ਥੱਲੇ ਦੇ ਅਧਿਕਾਰੀਆਂ ਨੂੰ ਤਾਂ ਸਾਥ ਮਨਾ ਕਰ ਦਿੱਤਾ ਜਾਂਦਾ ਸੀ ਪਰ ਹੁਣ ਉਹ ਸਿਸਟਮ ਜਿਹੜਾ ਠੀਕ ਨਹੀਂ ਹੋ ਪਾਰਿਆ ਇਸੇ ਕਰਕੇ ਇਹਨਾਂ ਨੂੰ ਲੱਗਦਾ ਹੈ ਕਿ ਇਹ ਸਿਸਟਮ ਕਦੇ ਠੀਕ ਨਹੀਂ ਹੋ ਪਾਏਗਾ ਪਰ ਜਰੂਰ ਆਸ ਉਮੀਦ ਹੋਵੇ ਕਿ ਚੰਗੇ ਹੋਰ ਵੀ ਅਪਸਰ ਇਨਾਂ ਵਰਗੇ ਆਉਣ ਤਾਂ ਇਸ ਸਿਸਟਮ ਨੂੰ ਠੀਕ ਕਰਨ ਦੀ ਕੋਸ਼ਿਸ਼ ਤਾਂ ਹੋਣੀ ਚਾਹੀਦੀ ਹੈ ਕੈਮਰਾ ਪਰਸਨ ਵਤਨ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਚੰਡੀਗੜ੍ਹ